ਬੱਲੇ 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 ਲੈ ਵੀ ਪਹੁੰਚ ਗਿਆ ਬਿਕਰ ਬਾਦਸ਼ਾਹ। ਚਲੋ 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 ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਆਹ ਹਾ 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 ਓਏ ਹੋਏ ਹੋਏ ਬਸ ਜੀ ਬਸ ਮੈਂ ਕਿਹਾ ਰੋਕ ਦਿਓ ਜੀ ਭਾਵੇਂ ਕੋਈ ਗੱਲ ਨਹੀਂ ਐਸੀ ਗੱਲ। ਇੱਧਰੋਂ ਉੱਤਰ ਚੱਲੀਏ ਐਵੇਂ ਕਾਹਨੂੰ ਪੰਗਾ ਲੈਣਾ, ਇੱਧਰੋਂ ਚੱਲਦੇ ਹਾਂ। ਹੋਰ ਇਸ ਉਮਰ 'ਚ ਹੱਡ ਵੀ ਨਹੀਂ ਜੁੜਦੇ ਮੁੜ ਕੇ। ਵਾਹ ਜੀ ਵਾਹ, ਪੰਜਾਬ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੇ ਲੈ ਹੀ ਜਾਂਦਾ ਇੱਥੇ ਮੈਨੂੰ। ਹਾਂਜੀ ਭਾਅ ਜੀ ਆ ਜਾਓ ਆ ਜਾਓ ਆ ਜਾਓ, ਥੈਂਕ ਯੂ ਤੁਹਾਡਾ। ਪਹਿਲਾਂ ਤਾਂ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਏਡੀ ਦੂਰੋਂ, ਔਰ ਵੈਸੇ ਲਿਆਏ ਤੁਸੀਂ ਅੱਗੇ ਬਿਠਾ ਕੇ ਨਹੀਂ ਲਿਆਏ, ਮੱਝਾਂ ਵਾਂਗੂ ਪਿੱਛੇ ਲੱਦ ਕੇ ਲਿਆਏ ਮੈਨੂੰ। ਪੰਜਾਬ ਪੁਲਿਸ ਦਾ ਕੰਮ ਹੀ ਸੂਤੀ ਏਦਾਂ ਸੂਤੀ ਉਦਾਂ ਹੁੰਦੀ ਆ ਜੋ, ਕਰ ਲਓ ਬੰਦ। ਅੱਛਾ ਮੈਂ ਦੇਖੋ ਜੀ ਬਿਕਰ ਬਾਦਸ਼ਾਹ ਪੰਜਾਬ ਤੋਂ ਆਇਆ ਸੀ ਨਿਊਯਾਰਕ। ਅੱਛਾ ਜੀ। ਨਿਊਯਾਰਕ ਤੋਂ ਫਿਰ ਮੈਂ ਆਇਆ ਕੈਲੀਫੋਰਨੀਆ, ਅਤੇ ਹੁਣ ਮੇਰਾ ਨੌਕਰੀ ਨਾਲ ਇਕੱਲਾ ਸਰਦਾ ਨਹੀਂ। ਅੱਛਾ ਜੀ। ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਨੇ ਉਹ ਪੈਸੇ ਘੱਟ ਦਿੰਦੇ ਆ ਪੁਲਿਸ ਨੂੰ। ਅੱਛਾ ਜੀ। ਫਿਰ ਮੈਨੂੰ ਇਹ ਆ ਵੀ ਟਰੱਕ ਸਿੱਖਣਾ ਚਾਹੁੰਦਾ ਮੈਂ ਡਰਾਈਵਿੰਗ। ਆ ਜਾਓ ਜਦੋਂ ਮਰਜ਼ੀ ਇੱਥੇ ਪੰਜਾਬ ਟਰੱਕ। ਜਦੋਂ ਮਰਜ਼ੀ ਕਿ ਆ ਗਏ ਜੀ, ਜਦੋਂ ਮਰਜ਼ੀ ਕਦੋਂ ਆਉਣਾ ਆਪਾਂ? ਆ ਜਾਓ ਇੱਥੇ ਟਰੱਕ। ਅੱਛਾ ਇੱਕ ਮਿੰਟ, ਤੁਹਾਡਾ ਨਾਮ ਜੋਗਾ ਸਿੰਘ ਨਹੀਂ ਹੈ? ਹਾਂਜੀ ਜੋਗਾ ਸਿੰਘ ਹੈ। ਦੇਖਿਆ ਜੀ ਮੈਂ ਕਿੰਨਾ ਬੂਝੜਾ, ਮੈਂ ਬਹੁਤ ਜਾਣਾ। ਸੋਰੀ ਮੈਂ ਕਿੰਨਾ ਸਿਆਣਾ, ਮੈਂ ਹਾਂਜੀ ਬਹੁਤ ਜਾਣਾ ਨਾਮ। ਅੱਛਾ ਜੋਗਾ ਸਿੰਘ ਜੀ ਤੁਸੀਂ ਸਾਰਾ ਇੱਥੇ ਦੇਖ ਰੇਖ ਕਰਦੇ ਹੋ? ਹਾਂਜੀ ਹਾਂਜੀ ਸਾਰਾ। ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਮੈਂ ਟਰੱਕ ਡਰਾਈਵਿੰਗ ਸਿੱਖਣੀ ਹੋਵੇ ਤਾਂ ਮੈਨੂੰ ਕੀ ਕਰਨਾ ਚਾਹੀਦਾ? ਪਹਿਲਾਂ ਤੁਸੀਂ ਆਣ ਕੇ ਪੇਪਰ ਵਰਕ ਕਰੋ, ਤੁਸੀਂ ਰਿਟਨ ਟੈਸਟ ਲਵੋ। ਅੱਛਾ ਜੀ। ਉਹ ਤੋਂ ਬਾਅਦ 'ਚ ਫਿਰ ਇੱਥੇ ਦਾਖਲਾ ਕਰਾ ਲਓ ਸਾਡੇ ਕੋਲ, ਫਿਰ ਉਹ ਤੋਂ ਬਾਅਦ 'ਚ ਫਿਰ ਅਸੀਂ ਤੁਹਾਨੂੰ ਇੰਸਪੈਕਸ਼ਨ ਕਰਾਵਾਂਗੇ, 6 ਪੁਆਇੰਟ ਕਰਾਵਾਂਗੇ। ਉਹ ਤੋਂ ਬਾਅਦ 'ਚ ਫਿਰ ਤੁਹਾਨੂੰ ਰੋਡ 'ਤੇ ਲਿਜਾ ਕੇ ਅਤੇ ਫਿਰ ਤੁਹਾਡੀ ਅਪਾਇੰਟਮੈਂਟ ਬਣਾ ਕੇ ਤੁਹਾਨੂੰ ਟੈਸਟ ਦਵਾਵਾਂਗੇ। ਅੱਛਾ ਜੀ। ਫਿਰ ਮਤਲਬ ਚਾਂਸ ਹੈਗੇ? ਹਾਂਜੀ ਹਾਂਜੀ ਪੂਰੇ ਚਾਂਸ ਹੈਗੇ। ਇੱਦਾਂ ਨਹੀਂ ਬਣ ਜਾਂਦਾ ਉੱਦਾਂ ਇੱਦਾਂ ਜਿਵੇਂ ਪੰਜਾਬ ਦੇ ਵਿੱਚ ਕੰਮ? ਨਹੀਂ ਨਹੀਂ ਜੀ, ਉਹ ਇੱਦਾਂ ਦਾ ਕੰਮ ਨਹੀਂ ਕਰਦੇ, ਉਹ ਇੱਥੇ ਨਹੀਂ ਹੁੰਦਾ ਹੈ ਜੀ। ਚਲੋ ਕੋਈ ਨਹੀਂ, ਆ ਜਾਓ ਨਾਲੇ ਆਪਾਂ ਅੱਗੇ ਅੱਗੇ ਤੁਰਦੇ ਹਾਂ ਅਤੇ ਨਾਲੇ ਗੱਲਬਾਤ ਕਰਦੇ ਹਾਂ। ਅਤੇ ਪੰਜਾਬ ਟਰੱਕ ਡਰਾਈਵਿੰਗ ਸਕੂਲ ਜਿਹੜਾ ਕਿੰਨੀ ਦੇਰ ਹੋ ਗਈ ਇੱਥੇ ਫ੍ਰਿਜਨੋ 'ਚ? ਪੰਜਾਬ ਟਰੱਕ ਡਰਾਈਵਿੰਗ ਸਕੂਲ ਜੀ 2 ਸਾਲ ਹੋ ਗਏ ਇੱਥੇ ਫ੍ਰਿਜਨੋ ਦੇ ਵਿੱਚ ਬਣਾਏ ਨੂੰ ਸਾਨੂੰ। ਅਤੇ ਹੋਰ ਇੱਥੇ ਕਿਹੜਾ ਕੰਮ ਕਰ ਹੈਗਾ ਤੁਹਾਡਾ? ਸਾਡੇ ਕੋਲ ਜੀ ਟਰੱਕ ਅਲਾਈਨਮੈਂਟ, ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ੋਪ ਐਂਡ ਟਾਇਰ ਹੋਲਸੇਲ। ਅੱਛਾ ਜੀ, ਸਾਰਾ ਕੰਮ ਰੱਖਿਆ? ਹਾਂਜੀ ਹਾਂਜੀ, ਇੱਕੋ ਛੱਤ ਪਰੇ ਤੱਕ ਸਾਰਾ ਤੁਹਾਡਾ ਹੀ ਆ? ਹਾਂਜੀ ਸਾਰਾ ਜਾੜ ਆਪਣਾ ਹੀ ਆ ਇਹ ਪਰੇ। ਠੀਕ ਹੈ ਜੀ, ਠੀਕ ਹੈ। ਚਲੋ ਅਤੇ ਆਪਾਂ ਗੱਲਬਾਤ ਕਰਦੇ ਹਾਂ, ਤੇ ਪਾਵਰ ਰੰਧਾਵਾ ਸਾਹਿਬ ਨਾਲ ਵੀ ਗੱਲ ਕਰਨੀ ਆ। ਹਾਂਜੀ ਹਾਂਜੀ। ਅਤੇ ਬਾਕੀ ਇੱਥੇ ਜਿਹੜੇ ਸਟੂਡੈਂਟ ਹੈਗੇ ਉਹਨਾਂ ਨੂੰ ਮੈਂ ਪੁੱਛੂੰਗਾ ਪਹਿਲਾਂ ਵੀ ਕਿਵੇਂ ਤੁਸੀਂ ਹਾਂਜੀ ਹਾਂਜੀ ਵਧੀਆ ਸਿਖਾਉਂਦੇ ਕਿੱਦਾਂ? ਤੁਸੀਂ ਸਟੂਡੈਂਟਾਂ ਤੋਂ ਵੀ ਪੁੱਛ ਲਓ ਕਿੱਦਾਂ ਸਿਖਾਉਂਦੇ ਆ ਆਪਾਂ, ਕਿੱਦਾਂ ਰਹਿਣ ਸਹਿਣ ਆ, ਕਿੱਦਾਂ ਆਪਣਾ ਸਾਰਾ ਕੁਝ ਇੱਥੇ ਆ। ਅਤੇ ਸਟੂਡੈਂਟਾਂ ਦੀ ਰਿਹਾਇਸ਼ ਵਗੈਰਾ ਏਅਰਪੋਰਟ ਤੋਂ ਹੁੰਦੀ? ਏਅਰਪੋਰਟ ਤੋਂ ਪਿਕਅਪ ਇੱਥੇ ਆਪਾਂ ਕਰਕੇ ਲਿਆਉਂਦੇ ਹਾਂ, ਇੱਥੇ ਹੀ ਆਪਣੇ ਕੋਲ ਇੱਥੇ ਸਕੂਲ 'ਚ ਹੀ ਰਿਹਾਇਸ਼ ਆ। ਅੱਛਾ। ਵਧੀਆ ਏਸੀ ਲੱਗੇ ਆ, ਸਾਰਾ ਕੁਝ ਹੈਗਾ ਆ। ਅਤੇ ਤੁਹਾਡਾ ਕਿਹੜਾ ਏਰੀਆ ਉੱਧਰੋਂ? ਮੇਰਾ ਜਲੰਧਰ। ਜਲੰਧਰ? ਹਾਂਜੀ। ਫਿਰ ਇਹ ਇੱਥੇ ਇੰਨੀ ਦੇਰ ਹੋ ਗਈ ਸਾਰਾ ਕੰਮ ਕਾਰ ਇੱਕੋ ਵਾਰੀ ਸ਼ੁਰੂ ਕੀਤਾ ਕਿ ਪਹਿਲਾਂ ਸਕੂਲ ਸ਼ੁਰੂ ਕੀਤਾ? ਨਹੀਂ ਪਹਿਲਾਂ ਆਪਾਂ ਸ਼ੋਪ ਸ਼ੁਰੂ ਕੀਤੀ ਸੀ, ਸਕੂਲ ਬਾਅਦ 'ਚ ਕੀਤਾ ਆ ਹੁਣ। ਅੱਛਾ ਜੀ। ਹਾਂਜੀ। ਹੁਣ ਗਾਹ ਹੋਰ ਕੀ ਸ਼ੁਰੂ ਕਰਨਾ? ਹੁਣ ਬਸ ਇੰਨਾ। ਅੱਛਾ। ਹੁਣ ਸਕੂਲ ਬਸ ਇੰਨਾ ਕੁ ਠੀਕ ਆ, ਹੁਣ ਇੱਕੋ ਛੱਤ ਥੱਲੇ ਸਾਰਾ ਕੰਮ ਹੋ ਹੀ ਜਾਂਦਾ ਆ। ਇਹ ਜੋਗਾ ਨਾਮ ਮਤਲਬ ਕੀ ਕਹਿੰਦੇ ਸੀ ਵੀ? ਮੈਨੂੰ ਤਾਂ ਨਿੱਕੇ ਹੁੰਦੇ ਮੇਰਾ ਨਾਮ ਵੀ ਜੋਗਾ ਸੀਗਾ, ਮੇਰਾ ਬਾਬੇ ਨੇ ਮੇਰੇ ਨੇ ਦਾਦੇ ਨੇ ਰੱਖਿਆ ਸੀਗਾ। ਅੱਛਾ ਜੀ। ਨਹੀਂ ਮੇਰਾ ਨਾਮ ਵੀ ਜੋਗਾ ਸੀ ਅਤੇ ਮੇਰੀ ਮਾਂ ਕਹਿੰਦੀ ਤੂੰ ਕਾਹਦੇ ਜੋਗਾ ਨਹੀਂ? ਮੈਨੂੰ ਵੀ ਇੱਦਾਂ ਹੀ ਕਹਿੰਦੇ ਸੀ। ਮੇਰਾ ਤਾਂ ਬਹੁਤ ਜੋਗੇ ਹੋ, ਤੁਸੀਂ ਤਾਂ ਐਡਾ ਵੱਡਾ ਕੰਮ ਸਾਂਭਿਆ ਤੇ ਤੁਸੀਂ ਤਾਂ ਬਥੇਰਾ ਕੁਝ ਸਾਂਭਿਆ। ਮੈਨੂੰ ਵੀ ਸਾਰੇ ਇੱਦਾਂ ਕਹਿੰਦੇ ਤੂੰ ਕਾਹਦੇ ਜੋਗਾ ਨਹੀਂ, ਫਿਰ ਮੈਂ ਇੱਥੇ ਜੋਗਾ ਬਣ ਕੇ ਦਿਖਾਤਾ ਵੀ ਸਾਰਾ ਜੋਗਾ ਬਣ ਕੇ। ਬਾਏ ਬਾਏ ਗ੍ਰਾਂਟੀ। ਅੱਛਾ ਇਹਨਾਂ ਕਰ ਲਈਏ ਗੱਲ ਵੇ। ਅੱਛਾ ਇੱਕ ਪਾਉਡਰ ਦਾ ਬਾਪਾ ਜੀ ਜਿਹੜੇ ਨੇ, ਹਾਂਜੀ ਹਾਂਜੀ, ਬੰਦੇ ਠੀਕ ਹੈ? ਬਹੁਤ ਵਧੀਆ ਬੰਦੇ ਆ। ਨਹੀਂ ਪੁਲਿਸ ਨੂੰ ਪੈਸੇ ਪੂਰੇ ਦੇਣਗੇ? ਪੁਲਿਸ ਨੂੰ ਰਿਸ਼ਵਤ ਪੂਰੀ ਦੇਣਗੇ ਪੰਜਾਬ ਪੁਲਿਸ। ਬਾਏ ਬਾਏ ਹੋ ਗਈ, ਫਿਰ ਇੱਧਰ ਕਰਦੇ ਹਾਂ ਗੱਲਬਾਤ। ਹਾਂਜੀ ਬਾਈ ਕੀ ਹਾਲ ਚਾਲ? ਠੀਕ ਹੈ ਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਰਮੇਸ਼ ਸਿੰਘ। ਅੱਛਾ ਲੈ ਲਿਆ ਲਾਇਸੈਂਸ ਕਿ ਲੈਣਾ ਜੀ? ਨਾ ਆਪਾਂ ਤਾਂ ਰੋਡ ਤੇ ਹੀ ਰਹਿੰਦੇ। ਰੋਡ ਤੇ ਬਹਿ ਜਾ, ਬੈਕ ਕਰਾ ਦੇ। ਬਹਿ 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 ਬਹਿ। ਚਲੋ ਠੀਕ ਹੈ, ਤਾਂ ਸੇਧ ਸ਼ੁਰੂ ਤੋਂ ਹੀ ਇੱਦਾਂ ਰੱਖੀ ਫੱਟ ਕੇ? ਮੈਂ ਇਦਾਂ ਹੀ ਹੈ ਕੰਮਾਂ ਕਾਰਾਂ 'ਚ ਹੋਈ ਹੈ। ਨਹੀਂ ਇਦਾਂ ਹੀ ਹੈ। ਅੱਛਾ ਹਾਂਜੀ, ਤੁਹਾਡਾ ਨਾਮ? ਮੇਰਾ ਨਾਮ ਪਲਵਿੰਦਰ ਸਿੰਘ ਲਿੱਦੜਾ ਜੀ। ਲਿੱਦੜ ਸਾਹਿਬ। ਹਾਂਜੀ। ਤੁਸੀਂ ਟਰੱਕ ਤੇ? ਬਿਲਕੁਲ ਜੀ, ਬਹੁਤ ਸਾਲ ਹੋ ਗਏ ਜੀ। ਅੱਛਾ ਅੱਛਾ। 18-20 ਸਾਲ। ਅੱਜ ਵੀ ਵੈਸੇ ਇੱਥੇ ਘੁੰਮਣ ਫਿਰਨ? ਵੈਸੇ ਮਿਲਣਾ ਹੈ ਜੀ, ਕਿਉਂਕਿ ਭਾਈ ਨਾਲੇ ਇਹਨਾਂ ਦੇ ਕੰਮ ਬੜੇ ਨੇ, ਕੁਝ ਰਿਪੇਅਰ ਦਾ ਵੀ ਕਾਹੇ ਦਾ ਸਾਰਾ ਕੁਝ ਕਰਾਈਦਾ ਜੀ ਇਹਨਾਂ ਕੋਲ ਜੀ। ਹਾਂਜੀ ਆਪਣੇ। ਹਾਂਜੀ ਤੁਹਾਡਾ ਨਾਮ? ਮੇਰਾ ਹਰਜਿੰਦਰ ਸਿੰਘ ਹੈ ਜੀ, ਸਰਪੰਚ। ਹੇਅਰ ਸਟਾਈਲ ਕਿੱਥੋਂ ਬਣਾਉਂਦੇ? ਨਹੀਂ ਬਾਈ ਇੱਥੇ ਹੀ ਕਰਾਈਦੇ ਆ ਬਸ। ਆਪੇ ਹੋ ਜਾਂਦੇ? ਨਹੀਂ ਨਹੀਂ ਆਪੇ, ਉਹ ਤਾਂ ਪਗਬੰਦੀ ਦੀ ਆ, ਪਰ ਇਦਾਂ ਐਮਰਜੈਂਸੀ ਦੇ ਕੰਮ ਕਰਨਾ ਪੈਂਦਾ। ਸਾਬਕਾ ਸਰਪੰਚ ਵੀ ਹੈਗੇ ਤੇ ਗ੍ਰਾਂਟਾਂ ਗਰੁੰਡਾਂ ਕਿੰਨੀਆਂ ਖਾਧੀਆਂ? ਗ੍ਰਾਂਟਾਂ? ਨਹੀਂ ਗ੍ਰਾਂਟਾਂ ਨਹੀਂ ਖਾਧੀਆਂ ਜੀ। ਨਹੀਂ ਵੈਸੇ ਤਾਂ ਕਹਿੰਦੇ ਸਰਪੰਚ ਕਹਿੰਦੇ ਗ੍ਰਾਂਟਾਂ ਖਾਂਦੇ, ਗਲੀਆਂ ਨਾਲੀਆਂ ਖਾ ਜਾਂਦੇ ਕਹਿੰਦੇ। ਬਦਨਾਮ ਕਰੀ ਜਾਂਦੇ ਆ।
ਕਈ ਖਾਣ ਵਾਲੇ ਵੀ ਹੁੰਦੇ ਆ ਉਹਦਾ 5-4% ਤੁਸੀਂ ਨਹੀਂ ਪਰ ਨਹੀਂ ਅਸੀਂ ਨਹੀਂ ਠੀਕ ਹੈ ਠੀਕ ਹਾਂਜੀ ਤੁਹਾਡਾ ਕਿਹਦਾ ਮੇਰਾ ਨਾਮ ਸਨੀ ਹੈ ਜੀ ਸਨੀ ਗਾਣਾ ਗੁਣਾ ਸੁਣਾਉਣਾ ਕੋਈ ਲਿਖਿਆ ਕੀ ਹੈ ਨਹੀਂ ਜੀ ਇਹ ਤਾਂ ਇਨਸਪੈਕਸ਼ਨ ਕਰ ਤਿਆਰੀ ਕਰ ਰਹੇ ਜੀ ਤਿਆਰੀ ਕਰ ਰਹੇ ਹਾਂ ਹਾਂਜੀ ਹਾਂਜੀ ਕਿ ਕਿੰਨੀ ਦੇਰ ਹੋ ਗਈ ਤਿਆਰੀ ਕਰਦੇ ਮੈਨੂੰ 1 ਵੀਕ ਹੋਇਆ ਜੀ ਅਜੇ ਅੱਛਾ ਫਾਈਨਲ ਰਿਸਲਟਸ ਫਿਰ ਹਾਂਜੀ ਹਾਂਜੀ ਪੈਂਦੀ ਸੱਟੇ ਹੋਰ ਜੀ ਹੋਰ ਤੇ ਰਿਟਰਨ ਕਰ ਲਿਆ ਹੋਰ ਜੀ ਇੱਕੋ ਵਾਰੀ ਹਾਂਜੀ ਵੈਰੀ ਗੁੱਡ ਯਾਰ ਥੈਂਕ ਯੂ ਗੱਲ ਇੱਕ ਵਾਰੀ ਕਰ ਲਿਆ ਹਾਂਜੀ ਤੁਹਾਡਾ ਨਾਮ ਮਨਵੀਰ ਸਿੰਘ ਮਨਵੀਰ ਸਿੰਘ ਜੀ ਹਾਂਜੀ ਕਬੱਡੀ ਕੁੜੀ ਵਾਲਾ ਲੱਗਦਾ ਮੁੰਡਾ ਨਾ ਕਬੱਡੀ ਵਾਲੇ ਇੱਧਰ ਆ ਕਬੱਡੀ ਵਾਲੇ ਇੱਧਰ ਆ ਤੂੰ ਤੂੰ ਐ ਬਾਪੂ ਨੂੰ ਕੋਈ ਪੈਸੇ ਪੂਰ ਲਾ ਕੇ ਫਿਲਮ ਫੋਨ ਚੋਂ ਕੰਮ ਲਓ ਫੁੱਕੋ 50-60 ਲੱਖ ਰੁਪਈਆ ਤੇ 2-3 ਕਰੋੜ ਬਾਪੂ ਉਧਰ ਖੜਾ ਉਹ ਦਿੰਦਾ ਨਹੀਂ ਹੁਣ ਅੱਛਾ ਉਹ ਨਹੀਂ ਦਿੰਦੇ ਹੈ ਨਾ ਫਿਲਮਾਂ ਤੇ ਨਹੀਂ ਲਾਉਂਦੇ ਹੈਗੇ ਤੇ ਕੀ ਕਰਦੇ ਹੋ ਤਾਂ ਸਟੱਡੀ ਵਗੈਰਾ ਕੀ ਕਰ ਲਈ ਸਟੱਡੀ ਕਰਨੇ ਆ ਅੱਛਾ ਨਾਲ ਡਾਕਟਰੀ ਨਾਲ ਹੀ ਡਰਗ ਸਕੂਲ ਨਾਲ ਡਰਗ ਸਕੂਲ ਠੀਕ ਹੈ ਤੇ ਗਾਣਾ ਗੁਣਾ ਆਉਂਦਾ ਤਾਂ ਹੋਣਾ ਕੋਈ ਮਾੜਾ ਮੋਟਾ ਨਾ ਨਾ ਗਾਣਾ ਗਾਉਣ ਵਾਲਾ ਆਪਣਾ ਜਿਹੜਾ ਹੀ ਰਿਹਾ ਕੀ ਲੱਗੀ ਦੇ ਗਾਣੇ ਸੁਣਦੇ ਵੈਸੇ ਗਾਣੇ ਸਾਰੇ ਦੇ ਸੁਣ ਲਈਦੇ ਆ ਸਾਰੇ ਜਿਹੜਾ ਟਿੱਕੇ ਆ ਜੇ ਅੱਛਾ ਹਾਂਜੀ ਤੁਹਾਡਾ ਕਰਨਜੀਤ ਜੀ ਅੱਛਾ ਇਹ ਲੱਗਦਾ ਪਾਲਿਆਂ ਤੇ ਖੜੇ ਹੁੰਨੇ ਨਾ ਐ ਕਰ ਕਰ ਨਾਲ ਪਾਲਿਆਂ ਤੇ ਖੜੇ ਕਬੱਡੀ ਪਾਉਣੀ ਹੁਣੇ ਹਾਂਜੀ ਹਾਂਜੀ ਕੀ ਹਾਲ ਚਾਲ ਕਿਹੜਾ ਏਰੀਆ ਫਵਾੜਾ ਜੀ ਪਿੱਛੇ ਨਵਾਂ ਸ਼ਹਿਰ ਅੱਛਾ ਹਾਂਜੀ ਵੈਰੀ ਗੁੱਡ ਤੇ ਲੈ ਲਿਆ ਲਾਇਸੈਂਸ ਲੈਣਾ ਲੈ ਲਿਆ ਜੀ ਲੈ ਤੇ ਵਧੀਆ ਇੱਥੇ ਕੀ ਮਾਹੌਲ ਆ ਰਹਿਣ ਰੂਣ ਦਾ ਕਹਿੰਦੇ ਬਹੁਤ ਵਧੀਆ ਸਿਸਟਮ ਸਾਰਾ ਹੈਗਾ ਰੱਖਿਆ ਇਹਨਾਂ ਨੇ ਹਾਂਜੀ ਰਹਿਣ ਦਾ ਸਿਸਟਮ ਸਾਰਾ ਵਧੀਆ ਆ ਟਰੱਕ ਤੇ ਵੇਟਿੰਗ ਨਹੀਂ ਕਰਨੀ ਪੈਂਦੀ ਜਿੱਦਾਂ ਭਾਰੀਆਂ ਸਾਰਿਆਂ ਦੀਆਂ ਹਾਂ ਟਰੱਕ ਬੜੇ ਟਨ ਟਨ ਜੀ 3-4 ਟਰੱਕ ਹੈ ਜੀ ਕੋਈ ਇਨਸਪੈਕਸ਼ਨ ਵਾਲਾ ਇੱਕ ਬੈਕ ਵਗੈਰਾ ਲਾਉਣ ਵਾਲਾ ਇੱਕ ਰੋਡ ਤੇ ਜਾਣ ਵਾਲਾ ਇੱਥੋਂ ਕੈਲੀਫੋਰਨੀਆ ਤੋਂ ਕਿਤੇ ਹੋਰ ਆਏ ਲੈਣ ਇੱਥੇ ਕੈਲੀਫੋਰਨੀਆ ਫਰੈਸ਼ ਨਹੀਂ ਰਹਿੰਦੇ ਆ ਜੀ ਅੱਛਾ ਹਾਂਜੀ ਤੇ ਰਹਿਣ ਦਾ ਵਧੀਆ ਫਿਰ ਤੁਸੀਂ ਤਾਂ ਫਿਰ ਘਰੇ ਹੀ ਚੱਲ ਜਾਂਦੇ ਹੋਣੇ ਹਾਂਜੀ ਹਾਂਜੀ ਇੱਥੇ ਕਿਹੜਾ ਬੰਦਾ ਰਹਿੰਦਾ ਤੁਸੀਂ ਰਹਿੰਦੇ ਇੱਥੇ ਇੱਥੇ ਯਾਰ ਰਹਿੰਦੇ ਅੱਛਾ ਆ ਤੁਸੀਂ ਆ ਜਾਓ ਅੱਗੇ ਪੈਂਦੇ ਆ ਚੱਕਦੇ ਗਾਣਾ ਵੀਰ ਮੈਨੂੰ ਗਾਣਾ ਨਹੀਂ ਜਿਹੜਾ ਮਰਜ਼ੀ ਚੱਕਦੇ ਕੋਈ ਚੱਕਰ ਨਹੀਂ ਚੱਕਦੇ ਫਿੱਟੇ ਨਹੀਂ ਸੁਖਰਾਜ ਸੁਖਰਾਜ ਹਾਂਜੀ ਤੇ ਹੋਰ ਤੂੰ ਡਰਾਈਵਿੰਗ ਤੁਸੀਂ ਵੀ ਕਰਨੀ ਨਹੀਂ ਮੈਂ ਸਿਖਾਉਣਾ ਇਨਸਪੈਕਸ਼ਨ ਹੈ ਠੀਕ ਠੀਕ ਲਾ ਲੈ ਯਾਰ ਉਹਨੂੰ ਐ ਮਾੜਾ ਮੈਨੂੰ ਤੇ ਸੀ ਵੈਸੇ ਆਇਆ ਹੋਣਾ ਤੂੰ ਜਵਾਕ ਜਾ ਕੋਈ ਇੱਥੇ ਪੜਦਾ ਪੜਦਾ ਤੇ ਨੂੰ ਆ ਗਿਆ ਪੜਦਾ ਵੀ ਆ ਨਾਲੇ ਅੱਛਾ ਨਾਲ ਸਿਖਾਉਣਾ ਵੀ ਆ ਹਾਂਜੀ ਹਾਂਜੀ ਤੇ ਆਪ ਕਿੱਥੋਂ ਸਿੱਖਿਆ ਆਪ ਮੈਂ ਇੱਥੋਂ ਹੀ ਪਾਈ ਤੂੰ ਅੱਛਾ ਇਹਨਾਂ ਤੋਂ ਸਿੱਖ ਕੇ ਠੀਕ ਹੈ ਠੀਕ ਆ ਇਹਨਾਂ ਨੇ ਇਹ ਇੰਸਟ੍ਰਕਟਰ ਨੇ ਹਾਂਜੀ ਤੇ ਕਿੱਦਾਂ ਸਿਖਾਉਂਦੇ ਫਿਰ ਉਹ ਜਿਵੇਂ ਮਾਸਟਰ ਪੜਾਉਂਦੇ ਉਦਾਂ ਤਾਂ ਨਹੀਂ ਸਿਖਾਉਂਦੇ ਹੁੰਦੇ ਹੱਥ ਡੰਡਾ ਜਿਹਾ ਹੁੰਦਾ ਤੁਹਾਡੇ ਹੁੰਦਾ ਹਾਂਜੀ ਹੁੰਦਾ ਤੇ ਉਹ ਕਾਹਦੇ ਵਾਸਤੇ ਹੁੰਦਾ ਉਹ ਸਿਖਾਉਣ ਨੂੰ ਗਿੱਟਿਆਂ ਤੇ ਨਹੀਂ ਮਾਰਦੇ ਨਹੀਂ ਗਿੱਟਿਆਂ ਤੇ ਨਹੀਂ ਗਿੱਟਿਆਂ ਤੇ ਮੈਂ ਮਾਰਦੇ ਡੰਡਾ ਮਾਰ ਲਿਆ ਜੱਡਾ ਤੁਸੀਂ ਡੰਡੇ ਚੱਕੇ ਉੱਡੇ ਇੱਥੇ ਅਸੀਂ ਰੱਖਿਆ ਨਹੀਂ ਉਹ ਤਾਂ ਛੋਟਾ ਤੁਹਾਡੇ ਨਾਲ ਪਤਲਾ ਜਿਹਾ ਹੁੰਦਾ ਕੋਲ ਨਹੀਂ ਬਾਕੀ ਸੱਟ ਜਾਂਦਾ ਲੱਗਦੀ ਥੋੜੀ ਲੋਹੇ ਦਾ ਰੱਖਦੇ ਹੋ ਹਾਂਜੀ ਲੋਹੇ ਦਾ ਯਾਰ ਗੁੱਸਾ ਆ ਜੇ ਕਿਸੇ ਦੇ ਅੱਛਾ ਕਦੇ ਕੋਈ ਹੋਈ ਏਦਾਂ ਕਿਸੇ ਸਟੂਡੈਂਟ ਨੇ ਤੰਗ ਕੀਤਾ ਹੋਵੇ ਯਾਰ ਤੂੰ ਪਹਿਲਾਂ ਮੱਥਾ ਮਾਰੀ ਜਾਂਦੇ ਆ ਤੂੰ ਸਮਝਦਾ ਹੀ ਨਹੀਂ ਹੈਗਾ ਗੱਲ ਨਹੀਂ ਆਉਂਦੇ ਆ ਫੇਰੇ ਫਿਰਦੇ ਉਹਨਾਂ ਨੂੰ ਥੋੜਾ ਜ਼ਿਆਦਾ ਟਾਈਮ ਲਾ ਦੀਦਾ ਅੱਛਾ ਹਾਂਜੀ ਫਿਰ ਉਹਨਾਂ ਦੇ 15 ਦਿਨਾਂ 20 ਦਿਨਾਂ ਰੈਡੀ ਕਰਕੇ ਭੇਜ ਦੀਦਾ ਇਹਨਾਂ ਲਾਇਸੈਂਸ ਨਾਲ ਦਵਾ ਦੀਦਾ ਛੇਤੀ ਅੱਛਾ ਵੱਧ ਤੋਂ ਵੱਧ ਕਿਸੇ ਸਟੂਡੈਂਟ ਨੇ ਕਿੰਨਾ ਟਾਈਮ ਲਾਇਆ ਕਿਸੇ ਨੇ ਵੱਧ ਤੋਂ ਵੱਧ 4 ਵੀਕ ਮਹੀਨਾ ਲਾਇਆ ਹੋਵੇ ਕਿਸੇ ਨੇ ਬਸ ਮਹੀਨੇ ਵਿੱਚ ਵੀ ਕੰਮ ਬਣ ਜਾਂਦਾ ਮਹੀਨੇ 'ਚ ਕਰਾ ਦੀਦਾ ਵੈਰੀ ਗੁੱਡ ਵੈਰੀ ਗੁੱਡ ਪੂਰਾ ਟਾਈਮ ਦੇ ਦਿੰਦਾ ਉਹਨਾਂ ਨੂੰ ਕੱਢ ਦੀਦਾ ਹਾਂਜੀ ਤੇ ਤੁਹਾਡਾ ਕਿੰਨਾ ਜੀਤਾ ਜੀਤਾ ਮੇਰਾ ਨਾਮ ਜੀਤਾ ਕਿੱਥੋਂ ਵਾਲਾ ਇੱਥੋਂ ਫਰੈਸਨੋ ਤੋਂ ਹੀ ਹੈ ਜੀ ਫਰੈਸਨੋ ਤੋਂ ਨਹੀਂ ਪੰਜਾਬ ਤੋਂ ਪੰਜਾਬ ਤੋਂ ਮੰਡਾਲੀ ਆ ਫਗਵਾੜੇ ਲੱਗੇ ਜੀਤਾ ਮੰਡਾਲੀ ਵਾਲਾ ਹਾਂਜੀ ਜੀਤਾ ਮੰਡਾਲੀ ਵਾਲਾ ਤੇ ਚਲੋ ਠੀਕ ਹੈ ਹਾਂਜੀ ਮੰਡਾਲੀ ਦਾ ਬਾਬਾ ਵੀ ਮਸ਼ਹੂਰ ਹਾਂਜੀ ਹਾਂਜੀ ਭਾਈ ਤੁਹਾਡਾ ਨਾਮ ਦਲਜੀਤ ਪੱਤੜ ਜੀ ਅੱਛਾ ਇੱਥੇ ਰਹਿੰਦੇ ਹੋ ਹਾਂਜੀ ਤੇ ਵਧੀਆ ਅੰਦਰ ਰਹਿਣ ਰੂਣ ਦਾ ਦੱਸਦੇ ਬਹੁਤ ਸੋਹਣਾ ਖਾਣ ਬਹੁਤ ਵਧੀਆ ਸਾਰਾ ਰਹਿਣ ਰੂਣ ਬਹੁਤ ਵਧੀਆ ਆ ਸਾਰਾ ਕੋਈ ਬੈੱਡ ਬੁੱਡ ਵਧੀਆ ਬਿਸਤਰੇ ਵਧੀਆ ਦਿੱਤੇ ਹੋਏ ਹਾਂਜੀ ਤੇ ਸਾਰਾ ਬਹੁਤ ਵਧੀਆ ਹਾਂਜੀ ਰੋਟੀ ਪਾਣੀ ਵਧੀਆ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਜੀ ਇੱਥੇ ਫਰੀਨੋ ਰਹਿੰਦਾ ਹਾਂ ਫਰੀਨੋ ਰਹਿੰਦੇ ਹਾਂਜੀ ਚਲੋ ਵਧੀਆ ਫੇਰ ਹਾਂਜੀ ਤੇ ਕਿਦਾਂ ਕਬੱਡੀ ਕੁੱਟੀ ਖੇਡਦੇ ਨਾਲ ਕਿ ਪ੍ਰਵਾਨੀ ਨਹੀਂ ਕਬੱਡੀ ਖੇਡਦਾ ਤੇ ਜਦੋਂ ਉਹ ਟਰੱਕ ਤੇ ਜਾਓਗੇ ਤੇ ਉੱਥੇ ਤਾਂ ਕਬੱਡੀ ਵਾਲਿਆਂ ਨੂੰ ਤਾਂ ਜਦੋਂ ਬੈਠਣਾ ਪੈ ਜਾ ਜਿਆਦਾ ਦੇਰ ਤੋਂ ਵੈਸੇ ਹੀ ਗੋਲ ਜੇ ਹੋ ਜਾਂਦੇ ਤੁਸੀਂ ਵੈਸੇ ਪਹਿਲਾਂ ਸੇ ਠੀਕ ਹਾਂਜੀ ਉਸ ਹਿਸਾਬ ਨਾਲ ਚਲਾ ਲਾਂਗੇ ਲੋਕਲ ਚਲਾ ਲਾਂਗੇ ਜੀ ਵਧੀਆ ਜੀ ਅੱਛਾ ਅੱਛਾ ਹਾਂਜੀ ਲੋਕਲ ਦੇ ਨਾਲ ਮਿਹਨਤ ਵੀ ਲਾ ਸਕਦੇ ਆ ਨਾਲ ਨਾਲ ਜਿਮ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਜੀ ਮੈਂ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਹਾਂਜੀ ਤੁਸੀਂ ਵੀ ਟਰੱਕ ਹਾਂਜੀ ਟਰੱਕ ਦੇ ਹਾਂਜੀ ਟਰੱਕ ਦੇ ਵਧੀਆ ਇੱਥੇ ਇਹਨਾਂ ਦਾ ਕੰਮ ਕਰ ਸਾਰਾ ਇੱਕੋ ਜਗ੍ਹਾ ਸਰ ਜਾਂਦਾ ਵਧੀਆ ਜੀ ਰਹਿਣ ਸ਼ਹਿਣ ਦਾ ਵਧੀਆ ਡਰਾਈਵਿੰਗ ਸਿੱਖਣ ਤੋਂ ਲੈ ਕੇ ਮੁੜ ਕੇ ਠੀਕ ਠੂਕ ਕਰਾਉਣਾ ਕੁਝ ਕਰਾਉਣਾ ਹਾਂਜੀ ਬਾਡੀ ਸ਼ਾਪ ਰਿਪੇਅਰ ਕਰਾਉਣੀ ਹਾਂਜੀ ਸਭ ਕੁਝ ਬਹੁਤ ਵਧੀਆ ਸਿਸਟਮ ਹੈ ਜੀ ਤੁਸੀਂ ਵੀ ਲੱਗਦਾ ਪੇਪਰ ਦੇਣੇ ਆ ਸੱਚੀ ਗੱਲ ਹੈ ਮੈਂ ਬਲਵਿੰਦਰ ਸਿੰਘ ਅੱਛਾ ਜੀ ਕਰਦੇ ਤੁਸੀਂ ਤਿਆਰੀ ਕਰ ਰਹੇ ਹੋ ਨਹੀਂ ਤਿਆਰੀ ਮੈਂ ਤਾਂ ਟਰੱਕ ਲੈ ਰਿਹਾ ਮੈਂ ਡਰਾਈਵਰੀ ਕਰਦਾ ਟਰੱਕ ਲੈ ਰਹੇ ਹੋ ਆਪਣਾ ਹਾਂ ਤੁਹਾਨੂੰ ਪਾਰਟੀ ਫਿਰ ਓਕੇ ਪੁਲਿਸ ਦੀ ਪਾਰਟੀ ਪੱਕੀ ਪੱਕੀ ਠੀਕ ਹੈ ਜੀ ਬੱਲੇ 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 ਇਹ ਬਾਈ ਜੀ ਆ ਕਿੱਧਰ ਟੈਚੀ ਚੱਕਿਆ ਇਹ ਲਾਇਸੈਂਸ ਲੈਣ ਆਏ ਸੀ ਟਰੱਕ ਦਾ ਅੱਛਾ ਹੁਣੇ ਹੀ ਆਏ ਹੋ ਏਅਰਪੋਰਟ ਤੋਂ ਹਾਂਜੀ ਹਾਂਜੀ ਹੁਣੇ ਉਤਰ ਗਏ ਆ ਏਅਰਪੋਰਟ ਤੋਂ ਚੱਕ ਕੇ ਲਿਆਏ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਅੱਛਾ ਇਹ ਵੀ ਵਧੀਆ ਕੰਮ ਆ ਕੋਈ ਬੰਦਾ ਬਾਹਰੋਂ ਆਉਂਦਾ ਹੈ ਕਿੱਥੋਂ ਆ ਨਿਊਯਾਰਕ ਤੋਂ
ਇੱਥੇ ਸਾਰਾ ਜਿਹੜਾ ਇਹਨਾਂ ਦਾ ਹੈਗਾ ਇੰਨਾ ਕੰਮਕਾਰ ਅਤੇ ਨਾਲ ਯੋਗਾ ਸਿੰਘ ਜੀ ਪੂਰਾ ਦੇਖਦੇ ਨੇ ਅਤੇ ਇਹਨਾਂ ਨਾਲ ਵੀ ਗੱਲਬਾਤ ਹੈ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਪੰਜਾਬ ਪੁਲਿਸ ਤੁਹਾਡਾ ਸਵਾਗਤ ਹੈ ਜੀ ਥਾਣੇ 'ਚ। ਥੈਂਕ ਯੂ ਜੀ, ਥੈਂਕ ਯੂ। ਅਤੇ ਕਾਫੀ ਦੇਰ ਹੋ ਗਈ ਸਾਰੇ ਕੰਮਕਾਰ ਨੂੰ, ਇੱਕ ਦੋ ਤਿੰਨ ਚਾਰ ਕਿੰਨੇ ਕੰਮ ਨੇ ਇੱਥੇ? ਇੱਥੇ ਜੀ ਆਪਣੇ ਕੋਲ ਟਰੱਕ ਡਰਾਈਵਿੰਗ ਸਕੂਲ ਆ, ਰਿਪੇਅਰ ਦਾ ਆ, ਪਾਰਕਿੰਗ ਵੀ ਆ, ਇੱਥੇ ਟਰੱਕਾਂ ਦੀ ਡਿਸਪੈਚ ਵੀ ਕਰਦੇ ਹਾਂ ਅਤੇ ਅਲਾਈਨਮੈਂਟ ਦਾ ਸਾਡਾ ਹੈਗਾ ਕਾਫੀ ਮੇਨ ਕੰਮ, ਬੋਡੀ ਸ਼ੋਪ ਟਰੱਕਾਂ ਟ੍ਰੇਲਰਾਂ ਦਾ ਸਾਰੇ ਤਰ੍ਹਾਂ ਦਾ ਤਕਰੀਬਨ ਟਰੱਕਾਂ ਦਾ ਸਾਰਾ ਕੁਛ ਹੀ ਕਰੀਦਾ ਆ, ਹੋਲਸੇਲ ਟਾਇਰਾਂ ਦਾ ਸਾਰਾ ਕੁਛ। ਕਿੰਨੇ ਕਿੱਲੇ ਹੋਣੇ ਇਹ? ਹਾਂਜੀ, ਇਹ 6 ਕਿੱਲੇ ਜਗ੍ਹਾ ਹੈ ਆਪਣੇ ਕੋਲ ਇੱਥੇ। ਹਾਂਜੀ ਹਾਂਜੀ। ਇਹ ਫਿਰ ਪਹਿਲਾਂ ਹੋਰ ਕੰਮ ਕਰਦੇ ਕਿ ਸ਼ੁਰੂ ਤੋਂ ਇੱਧਰ ਹੀ ਡਰਾਈਵਿੰਗ ਸਕੂਲ ਜਾਂ ਟਰੱਕਾਂ ਵਾਲੇ ਪਾਸੇ? ਇਹ ਜੀ ਮੈਂ ਟਰੱਕ ਚਲਾਇਆ 10-12 ਸਾਲ ਪਹਿਲਾਂ, ਮਿਹਨਤ ਕਰਕੇ ਫਿਰ ਹੁਣ 2012 ਤੋਂ ਇਹ ਮਹਾਰਾਜ ਨੇ ਕੀਤੀ ਕਿਰਪਾ ਬਣ ਗਿਆ ਯਾਰਡ ਅਤੇ ਹੁਣ ਇੱਥੇ ਬਸ। ਇੰਜਣਾਂ ਦਾ ਕੰਮ ਹੁੰਦਾ, ਟੋਨਾ ਭਾਜੀ ਕਰਦੇ ਆ ਤੇ ਨਾਲੇ ਅਲਾਈਨਮੈਂਟ ਦਾ ਕੰਮ ਅੰਗਰੇਜ਼ ਅੰਕਲ ਕਰਦੇ ਆ। ਅੱਛਾ, ਅੰਗਰੇਜ਼ ਅੰਕਲ ਅੰਗਰੇਜ਼ ਆ ਕਿ ਅੰਗਰੇਜ਼ ਅੰਕਲ ਹੈ? ਨਾਲੇ ਅੰਕਲ ਨਾਮ ਅੰਕਲ ਅੰਗਰੇਜ਼ ਆ। ਨਹੀਂ ਹੈਗੇ ਤਾਂ ਨਹੀਂ ਅੰਗਰੇਜ਼? ਨਹੀਂ ਹੈਗੇ, ਆਪਾਂ ਪੰਜਾਬੀ ਹੈ। ਫਿਰ ਠੀਕ ਹੈ, ਨਹੀਂ ਤਾਂ ਮੈਂ ਕਿਹਾ ਔਖਾ ਹੋਣਾ ਮੈਨੂੰ ਅੰਗਰੇਜ਼ੀ ਥੋੜ੍ਹੀ ਮੁੱਕ ਜਾਂਦੀ ਛੇਤੀ। ਅੱਛਾ, ਇਹ ਹੈ ਟੋਨਾ ਸਾਹਿਬ। ਹਾਂਜੀ, ਟੋਨਾ ਲਾ ਕੇ ਦੇਖਾਂ ਪਹਿਲਾਂ ਟੋਨਾ। ਸਤਿ ਸ਼੍ਰੀ ਅਕਾਲ ਭਾਈ। ਟੋਨਾ ਨਹੀਂ ਲੱਗਦਾ ਪਤੰਗ ਨੂੰ ਟੋਨਾ ਠੰਗ? ਉਹ ਟੋਨਾ ਆ ਕਿ ਜਿਹੜਾ ਟੂਣਾ ਹੁੰਦਾ? ਮੇਰਾ ਬਲਜੀਤ ਸਿੰਘ ਟੋਨਾ। ਬਲਜੀਤ ਸਿੰਘ ਟੋਨਾ? ਨਹੀਂ ਨਹੀਂ, ਇੱਕ ਤਾਂ ਟੂਣਾ ਹੁੰਦਾ ਜਿਹੜਾ ਆਪਾਂ ਕਰਦੇ ਪਿੰਡਾਂ ਦੇ ਵਿੱਚ ਰਸਤੇ 'ਚ ਕੀਤਾ ਹੁੰਦਾ, ਟੂਣਾ ਨਾਲ ਨਾਰੀਅਲ ਰੱਖਿਆ ਨਾਲ ਹਲਦੀ ਪਈ ਹੁੰਦੀ, ਉਹਦਾ ਨਹੀਂ ਹੈ? ਨਹੀਂ ਨਹੀਂ, ਉਹ ਨਹੀਂ ਜੀ। ਮੈਂ ਕਿਹਾ ਉਹ ਤੋਂ ਮੈਨੂੰ ਬਹੁਤ ਡਰ ਲੱਗਦਾ। ਹਾਂਜੀ, ਵੈਸੇ ਮੈਂ ਕਈ ਵਾਰੀ ਟੂਣਾ ਟੱਪਿਆ ਮੈਨੂੰ ਬੁਖਾਰ ਹੋ ਜਾਂਦਾ ਫਿਰ। ਅੱਛਾ ਜੀ। ਇਸ ਕਰਕੇ ਆਪਾਂ ਹੁਣ ਬਰਾਬਰ ਬਰਾਬਰ ਨਹੀਂ, ਆਪਾਂ ਟੂਣਾ ਸਹੀ ਕਰਨ ਵਾਲੇ ਹਾਂ। ਟੂਣਾ ਸਹੀ ਕਰਨ ਵਾਲੇ ਹਾਂ। ਹਾਂਜੀ। ਅਤੇ ਟੂਣਾ ਸਾਹਿਬ ਕਿਹੜਾ ਏਰੀਆ ਪੰਜਾਬ ਤੋਂ? ਮੈਂ ਰਾਜਸਥਾਨ ਗੰਗਾਨਗਰ। ਵਾਹ, ਪਿੰਡ ਕੋਨੀ। ਤੇ ਇੱਥੇ ਇੰਜਣਾਂ ਦਾ ਕੰਮ ਕਰਦੇ? ਇੰਜਣਾਂ ਦਾ ਕੰਮ ਕਰਦੇ ਹਾਂ ਜੀ। ਸੌਖਾ ਹੋਇਆ ਨਾ, ਇੰਜਣ ਦੇ ਟਿਕੜੇ ਹੁੰਦੇ, ਕਿੱਦਾਂ ਕਰ ਲੈਂਦੇ ਇਕੱਲੇ? ਸੌਖਾ ਤਾਂ ਨਹੀਂਗਾ, ਪਰ ਵੈਸੇ ਲਾਈਦਾ ਆਪਦੇ ਦਿਮਾਗ ਦੇ ਹਿਸਾਬ ਦੇ ਨਾਲ ਕਰੀ ਜਾਂਦਾ। ਅੱਛਾ, ਹਾਂਜੀ। ਨਹੀਂ ਜਿੱਦਾਂ ਬਾਕੀ ਟੈਕਨੋਲੋਜੀ ਵਧੀਆ ਇੱਥੇ, ਪਾਰਟਸ ਵਗੈਰਾ ਵਧੀਆ, ਸਾਰਾ ਕੁਛ ਸੌਖਾ ਕੰਮ, ਮੱਥਾ ਨਹੀਂ ਮਾਰਨਾ ਪੈਂਦਾ ਬਾਲਾ? ਨਹੀਂ, ਮੱਥਾ ਤਾਂ ਹੈਗਾ ਪਰ ਦਿਮਾਗ ਵੀ ਲਾਉਣਾ ਪੈਂਦਾ। ਠੀਕ ਹੈ, ਹਾਂਜੀ। ਤੇ ਇਹ ਇੱਥੇ ਫਿਰ ਸਾਰਾ ਇੰਜਣਾਂ ਦਾ ਕੰਮ? ਇੱਥੇ ਇੰਜਣਾਂ ਦਾ ਕੰਮ ਕਰੀਦਾ ਆਪਾਂ ਸਾਰਿਆਂ ਦਾ। ਹਾਂਜੀ, ਵਾਹਵਾ ਪੈਸੇ ਲੱਗ ਜਾਂਦੇ ਹੋਣੇ? ਪੈਸੇ ਲੱਗ ਹੀ ਜਾਂਦੇ, $25,000। ਅੱਛਾ, ਨਹੀਂ ਜਿੱਦਾਂ ਹੁਣ ਇੰਡੀਆ ਦੇ ਵਿੱਚੋਂ ਮਿਸਤਰੀ ਬਦਲ ਦਿੰਦੇ ਸਮਾਨ ਨੂੰ, ਤਾਂ ਨਹੀਂ ਇੱਧਰ ਚੱਲਦਾ ਕੰਮ? ਨਹੀਂ ਨਹੀਂ, ਉਹ ਕੰਮ ਨਹੀਂ ਆਪਾਂ ਕਰਦੇ, ਉਹ ਨਹੀਂ ਕਰਦੇ, ਤੇ ਚੱਲਦੇ ਹੀ ਨਹੀਂ ਇੱਥੇ, ਇੱਥੇ ਚੱਲਦਾ ਹੀ ਨਹੀਂਗਾ। ਕਿੱਥੇ ਨੇ ਆਪਣੇ ਅੰਗਰੇਜ਼ ਅੰਕਲ ਕਿਹੜੇ ਨੇ? ਅੰਗਰੇਜ਼ ਅੰਕਲ ਜੀ ਉਹ ਉਰੇ ਪਿੱਛੇ ਲੈਣ ਇੱਧਰ ਆਓ, ਅੰਗਰੇਜ਼ ਜੀ ਇੱਧਰ ਆਓ। ਆ ਜਾਓ ਭਾਜੀ, ਡਰਦੇ ਕਾਹਦੇ ਤੁਸੀਂ ਪੁਲਿਸ ਕੋਲੋਂ? ਪੰਜਾਬ ਪੁਲਿਸ ਤੋਂ ਡਰਨਾ ਤੁਸੀਂ ਨਹੀਂ, ਤੁਸੀਂ ਆ ਜਾਓ ਉਰੇ ਨੂੰ ਆ ਜਾਓ। ਤੁਸੀਂ ਅੰਗਰੇਜ਼ ਹੋ ਕਿ ਅੰਕਲ ਹੋ? ਮੈਂ ਦੋਨੇ ਕੁਛ ਹੀ ਹਾਂ। ਨਹੀਂ, ਮੈਂ ਤਾਂ ਡਰ ਗਿਆ ਸੀ, ਮੈਂ ਕਿਤੇ ਅੰਗਰੇਜ਼ ਨਾਲ ਮੈਨੂੰ ਅੰਗਰੇਜ਼ੀ ਬੋਲਣੀ ਪੈਣੀ ਹੈ, ਤੁਸੀਂ ਤਾਂ ਪੰਜਾਬੀ ਬੋਲੀ ਜਾਣੀ। ਕਿਹੜਾ ਪਿੰਡ ਆ ਤੋਂ? ਪਿੰਡ ਖੋਜੇ ਵਾਲਾ। ਅੱਛਾ, ਅਲਾਈਨਮੈਂਟ ਜਿਹੜੀ ਤੁਸੀਂ ਟੱਕਰ ਕਰ, ਅਲਾਈਨਮੈਂਟ ਕੀ ਹੁੰਦੀ ਹੈ? ਅਲਾਈਨਮੈਂਟ ਹੁੰਦੀ ਹੈ ਕਿ ਵੀਲ ਬੈਲੈਂਸ, ਦੋ ਚੀਜ਼ਾਂ ਅਲੱਗ ਅਲੱਗ ਹੁੰਦੀਆਂ ਨਾ? ਦੋ ਚੀਜ਼ਾਂ ਅਲੱਗ ਅਲੱਗ। ਤੁਸੀਂ ਅਲਾਈਨਮੈਂਟ ਕਰਦੇ ਹੋ? ਹਾਂਜੀ, ਅਲਾਈਨਮੈਂਟ ਕਰਦੇ ਹਾਂ। ਅੱਛਾ, ਤੇ ਵਧੀਆ ਕੰਮ ਇੱਥੇ ਅਲਾਈਨਮੈਂਟ ਦਾ ਪੂਰਾ? ਨਹੀਂ, ਬਹੁਤ ਵਧੀਆ। ਹਾਂ, ਕਦੇ ਹੋਇਆ ਇੱਦਾਂ ਵੀ ਸਹੀ ਨਾ ਹੋਵੇ? ਗਾਹਕ ਨੇ ਕਿਹਾ ਯਾਰ ਸਹੀ ਹੋਈ ਨਹੀਂ, ਹਜੇ ਖਿੱਚਦੀ ਹੈ ਸੱਜੇ ਪਾਸੇ ਨੂੰ। ਨਹੀਂ ਨਹੀਂ, ਪਹਿਲੀ ਵਾਰ ਸਹੀ ਕਰਕੇ ਦੇਈ ਦੀ। ਲੈ ਬਹਿ ਬਹਿ ਕਰਦੇ। ਬਹਿ ਬਹਿ, ਚਲੋ ਥੈਂਕ ਯੂ ਜੀ, ਅਸੀਂ ਮਾਰ ਲਈਏ ਗੇੜਾ ਹੋਰ ਚੜਾ ਜੇ। ਕੰਪਨੀ ਦਾ ਹੀ ਕੰਮ ਤਿਆਰ ਕਰਦੀ ਆ, ਜਮਾਂ ਕੰਪਨੀ ਤਰ੍ਹਾਂ ਹੀ ਰੈਨ ਨੂੰ ਤਿਆਰ ਕਰਦੀ ਦੇ ਟ੍ਰੇਲਰ। ਠੀਕ ਹੈ, ਸਾਰੇ ਟ੍ਰੇਲਰ ਰਿਪੇਅਰ ਕਰਨੇ ਪੂਰੇ? ਹਾਂਜੀ ਹਾਂਜੀ, ਪੂਰਾ ਤਰ੍ਹਾਂ ਦਾ ਵੀ। ਹੁਣ ਇਹਨੂੰ ਕੀ ਰੋਕਸ ਪਿਆ? ਇਹਦਾ ਫਰੇਮ ਪਿੰਗਾ ਹੋ ਗਿਆ ਜੀ। ਅੱਛਾ, ਸਿੱਧਾ ਕਰ ਦੋਗੇ? ਹਾਂਜੀ ਹਾਂਜੀ। ਕਿੱਦਾਂ ਕਰੋਗੇ ਸਿੱਧਾ? ਫਰੇਮ ਬਸ ਮਕੈਨਿਕ ਹੀ ਹੈ, ਤੁਹਾਨੂੰ ਪਤਾ ਹੀ ਹੈ। ਨਹੀਂ, ਫਰੇਮ ਸਿੱਧੇ ਕਰਦੇ ਕਰਦੇ ਕਦੇ ਆਪ ਤਾਂ ਵਿੰਗੇ ਹੋਏ? ਨਹੀਂ 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 ਨਹੀਂ, ਕੋਈ ਨਹੀਂ, ਮਤਲਬ ਪਰਮਾਤਮਾ ਨਾ ਕਰੇ ਕਦੇ। ਹਾਂਜੀ, ਕੋਈ ਰਿਪੇਅਰ ਦੇ ਵਿੱਚ ਕੋਈ ਮਾੜੀ ਮੋਟੀ ਲੱਗ ਜਾਂਦੀ? ਸੇਫਟੀ ਨਾਲ ਕੰਮ ਕਰੀਦਾ ਜੀ। ਅੱਛਾ, ਹਾਂਜੀ ਹਾਂਜੀ। ਅੱਜ ਤੱਕ ਤਾਂ 14 ਸਾਲ ਹੋ ਗਏ, ਕਦੇ ਸੱਟ ਤੱਕ ਨਹੀਂ ਵੱਜੀ ਜੀ। ਅੱਛਾ ਹਾਂਜੀ, ਮਹਾਰਾਜ ਵਧੀਆ, ਇਹਦਾ ਕੰਮ ਇੱਦਾਂ ਹੀ ਚਾਹੀਦਾ, ਚੰਗਾ ਹੀ ਕੰਮ ਚਾਹੀਦਾ। ਠੀਕ ਹੈ ਜੀ, ਹੋਰ ਸੁਣਾਓ? ਠੀਕ ਹੈ ਬਾਈ ਜੀ, ਵਧੀਆ। ਚਾਹ ਪਾਣੀ? ਬਸ ਤੁਸੀਂ ਦੱਸੋ। ਨਹੀਂ ਨਹੀਂ, ਮੈਂ ਹੀ ਪੁੱਛਿਆ, ਆਪਣੇ ਵਾਸਤੇ ਪੁੱਛਿਆ ਮੈਂ। ਤਿਆਰ ਆ, ਚਾਹ ਪਾਣੀ ਬਣ ਰਹੀ ਹੈ। ਠੀਕ ਹੈ, ਕਰ ਲਓ ਕੰਮ, ਮਿਲ ਜਾਈ। ਓਕੇ। ਬੱਲੇ ਬੱਲੇ ਬੱਲੇ, ਵਾਹ, ਹੈ ਹੈ, ਕੈਸੀ ਗੱਲ ਹੈ, ਰੰਗ ਐਂ ਕਰਾਇਆ ਜਿਵੇਂ ਬੁੱਲਾਂ ਨੂੰ ਸੁਰਖੀ ਲਾਈ ਹੁੰਦੀ ਹੈ ਲਿਪਸਟਿਕ। ਚਲੋ ਜੀ, ਆਪੋ ਆਪਣੀ ਪਸੰਦ ਹੁੰਦੀ, ਸੋਹਣਾ ਰੰਗ ਕਰਾਇਆ ਇਹਦੇ, ਲੋਕ ਲਾ ਕੇ ਖੜਾਇਆ ਇਹਨਾਂ ਨੇ, ਵੀ ਵਿੱਚੋਂ ਕੋਈ ਚੋਰੀ ਨਾ ਕਰ ਲਵੇ। ਵੀ ਦੱਸ, ਪੁਲਿਸ ਵਾਲੇ ਚੋਰੀ ਕਰਦੇ? ਖੁੱਲ੍ਹਾ ਛੱਡ ਦਿਓ। ਹਾਂਜੀ ਬਾਈ ਜੀ, ਬੜੀਆਂ ਮੋਸ਼ਾਂ ਨੂੰ ਤਾ ਦਿੱਤਾ, ਇੱਧਰ ਆ ਜਾਓ ਉਰੇ ਚੈਂਪੀਅਨ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਇੱਧਰ ਆ ਜਾਓ ਇੱਧਰ। ਸਤਿ ਸ਼੍ਰੀ ਅਕਾਲ ਜੀ, ਇਹ ਮੋਸ਼ਾਂ ਕਿੱਥੋਂ ਕਰਾਈਆਂ? ਤਾਂ ਇਹ ਬਸ ਜੀ ਆਪਣਾ ਇੱਥੇ ਫ੍ਰਿਜਨਾਂ ਤੋਂ ਹੀ ਕਰਾ ਲਈ ਦੀਆਂ। ਗੰਨਾਂ ਵਿੱਚ ਪਾ ਕੇ ਮੁੰਦਰਾਂ ਨਹੀਂ, ਰਾਂਝਾ ਯੋਗੀ ਹੋਇਆ, ਯੋਗੀ ਬਣਿਆ ਹੋਇਆ ਜੀ। ਪਿੱਛੇ ਪਵਾਈਆਂ ਮੁੰਦਰਾਂ?
ਬਸ ਸ਼ੌਂਕ ਨੂੰ ਹੀ। ਅੱਛਾ ਹਾਂਜੀ, ਕੀ ਨਾਮ ਕੀ ਹੈ? ਮੇਰਾ ਨਾਮ ਗਗਨ ਸੰਧੂ ਆ ਜੀ। ਤੇ ਤੁਸੀਂ? ਸੰਦੀਪ ਸਿੰਘ ਜੀ। ਅੱਛਾ, ਫਿਰ ਲਾਇਸੈਂਸ ਲੈਣਾ ਹੈ ਤੇ? ਅਸੀਂ ਭਾਈ 2 ਕੁ ਸਾਲ ਪਹਿਲਾਂ ਇੱਥੋਂ ਲਾਇਸੈਂਸ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਕੰਮ ਕੀਤਾ ਸਾਲ ਕੁ ਡੇਢ ਤੇ ਹੁਣ 5-6 ਮਹੀਨੇ ਹੋ ਗਏ ਨੇ। ਕੈਸ਼ ਹੀ ਆਪਣਾ ਟਰੱਕ ਟ੍ਰੇਲਾ ਲਿਆ ਹੋਇਆ ਵਾ ਤੇ ਆ ਬਾਈ ਕੋਲ 8-10 ਟਰੱਕ ਨੇ ਆਪਣੇ। ਵੈਰੀ ਗੁੱਡ। ਤੇ ਆਪਦੀ 2 ਕੰਪਨੀਆਂ ਹੀ ਖੋਲੀਆਂ ਹੋਈਆਂ ਨੇ। ਮਤਲਬ ਇਹ ਥੋੜੀ ਦੇਰ ਹੋਈ? 6 ਮਹੀਨੇ ਹੋ ਗਿਆ ਭਾਜੀ। ਪਾਰਟੀ ਪੂਰੀ ਤਾਂ ਬਣਦੀ ਪੁਲਿਸ ਦੀ? ਫਿਰ ਮੈਂ ਕਹਿੰਦਾ ਜੀ ਚੱਕਰ ਹੀ ਨਹੀਂ ਕੋਈ। ਚਲੋ ਥੈਂਕ ਯੂ ਬਹੁਤ ਬਹੁਤ। ਮੋਟਰ ਤੇ ਆ ਜਾ ਜੀ, ਮੋਟਰ ਤੇ। ਮੋਟਰ ਤੇ ਕਰਾਂਗੇ ਜੀ ਪਾਰਟੀ। ਵਧੀਆ ਵਧੀਆ ਸਿਖਾਉਂਦੇ ਨਾ ਕੰਮ? ਹਾਂ, ਬੜਾ ਵਧੀਆ ਕੰਮ ਸਿਖਾਉਂਦੇ ਆ। ਠੀਕ ਹੈ। ਲਓ ਜੀ, ਇੱਧਰ ਲੱਗਦਾ ਰਿਪੇਅਰ ਹੁੰਦੀ ਆ। ਵਾਹੇ ਕਮਾਲ ਕੀਤੀ ਭਾਈ ਆ ਰੰਧਾਵਾ ਸਾਹਿਬ ਨੇ ਤੇ ਜੋਗਾ ਸਿੰਘ ਜੀ ਨੇ। ਵਾਹਿਆ ਵਾਹਿਆ ਕਰਾਈ ਭਾਈ ਇੱਥੇ ਪੂਰਾ 6 ਏਕੜ ਦੇ ਵਿੱਚ। ਹਾਂਜੀ ਭਾਈ ਜੀ, ਕੀ ਹਾਲ ਚਾਲ ਹੈ? ਵਧੀਆ ਭਾਈ ਜੀ। ਕੀ ਨਾਮ ਹੈ? ਹਰਪਾਲ ਸਿੰਘ। ਹਰਪਾਲ ਸਿੰਘ ਜੀ, ਇੱਥੇ ਰਿਪੇਅਰ ਚੱਲਦੀ ਫਿਰ ਆਪਣੀ? ਹਾਂਜੀ ਪੂਰੀ ਵਧੀਆ ਜੀ, ਕਿਸੇ ਵੀ ਤਰ੍ਹਾਂ ਦੀ ਸਾਰੀ ਟਰੱਕਾਂ ਦੀ? ਹਾਂਜੀ। ਬਹਿਜਾ ਬਹਿਜਾ ਕਰਾਈ ਪਈ? ਹਾਂਜੀ ਹਾਂਜੀ। ਤੇ ਤੁਸੀਂ ਕਿੰਨੀ ਦੇਰ ਤੋਂ ਕਰਦੇ ਕੰਮ? ਮੈਂ ਭਾਈ ਜੀ 1 ਸਾਲ ਤੋਂ ਕਰ ਰਿਹਾ ਇੱਥੇ ਕੰਮ। ਹਾਂ ਭਾਈ, ਤੁਸੀਂ ਉੱਥੇ ਪਹਿਲਾਂ ਵੀ ਸੀਗੇ, ਤਾਂ ਤੁਹਾਡੀ ਗੱਲ ਰਹਿ ਗਈ ਸੀ ਹੁਣ। ਹਾਂਜੀ, ਉਹ ਆਪਣੇ ਸਰਵਿਸ ਕਰਨ ਆਇਆ ਸੀਗਾ ਟਰੱਕ ਇੱਥੇ। ਅੱਛਾ। ਤੇ ਆਪਣੇ ਵਧੀਆ ਕੰਮਕਾਰ ਵਧੀਆ ਠੀਕ ਆ। ਇੱਥੇ ਲਾਇਸੈਂਸ ਲਿਆ ਸੀ, ਇੱਥੇ ਹੀ ਆਪਣੇ ਟਰੱਕ ਪਾਰਕ ਹੁੰਦੇ ਆ ਤੇ ਇੱਥੇ ਹੀ ਸਰਵਿਸ, ਆਇਲ ਚੇਂਜ, ਐਵਰੀਥਿੰਗ ਇੱਥੇ ਹੀ ਕਰਾਈਦਾ। ਵਧੀਆ ਮਤਲਬ। ਕਿੰਨੇ ਸਾਲ ਪਹਿਲਾਂ ਲਿਆ ਲਾਇਸੈਂਸ? 2 ਸਾਲ ਪਹਿਲਾਂ ਮੈਂ ਲਿਆ ਸੀਗਾ ਤੇ ਮੁੜ ਕੇ ਸਾਲ ਕੁ ਚਲਾਇਆ। ਹੁਣ ਮੇਰੇ ਆਪਣੇ 10 ਕੁ ਟਰੱਕ ਆ। 10 ਟਰੱਕ? ਹਾਂਜੀ। ਇਹ ਏਡੀ ਛੇਤੀ 10 ਟਰੱਕ ਕਿਵੇਂ ਬਣ ਕੇ ਬਣਾ ਲਏ ਭਾਈ? ਆਪਣਾ ਕ੍ਰੈਡਿਟ ਚੰਗਾ ਵਧੀਆ ਆ। ਅੱਛਾ। ਉਹਦਾ ਕਰਕੇ ਤੇ ਆਪਣੇ ਲੋਨ ਲੋਨ ਵਧੀਆ ਹੋ ਜਾਂਦੇ ਆ। ਮਿਹਨਤ ਹਾਂਜੀ। ਵਾਲ ਦੀ ਗੱਲ ਆ ਤਾਂ ਜਮ੍ਹਾਂ ਹੀ ਇੰਡੀਆ ਵਾਲਾ ਕੰਮ ਹੋ ਗਿਆ। ਇੰਡੀਆ ਜਾਇਆ ਕਰਦੇ ਹੁੰਦੇ ਟਰੱਕਾਂ ਵਾਲੇ, ਟੈਕਸੀਆਂ ਵਾਲੇ ਤੁਰੇ ਤੁਰੇ ਜਾਂਦੇ, ਹੱਥ 'ਚ 10 ਰੁਪਏ ਫੜਾ ਦਿੰਦੇ ਇਹਨੇ, $10 ਦੇ ਦਿੱਤੇ, ਚਲੋ ਬੋੜੀ ਹੋ ਗਈ। ਬੱਲੇ ਬੱਲੇ ਬੱਲੇ, ਵਜਾ ਵਜਾ ਕਰਾਈ ਪਈ ਜੀ, ਦਫ਼ਤਰ ਵੀ ਪੂਰਾ। ਹਾਂਜੀ, ਜੋਗਾ ਸਿੰਘ ਜੀ ਕਿੱਦਾਂ ਖੜੇ ਹੋ? ਹਾਂਜੀ ਹਾਂਜੀ ਠੀਕ ਆ, ਤੁਸੀਂ? ਅਤੇ ਮੈਂ ਸੋਚਿਆ ਵੀ ਸ਼ਾਇਦ ਮੈਂ ਕਿਤੇ ਮੈਨੂੰ ਪੁਲਿਸ ਨੂੰ ਦੇਖੇ ਆਸੇ ਪਾਸੇ ਨਹੀਂ ਹੋਗੇ ਤੁਸੀਂ? ਨਹੀਂ ਨਹੀਂ, ਮੈਂ ਲੁਕਦਾ ਨਹੀਂ ਪੁਲਿਸ ਵੱਲ ਨੂੰ ਦੇਖ ਕੇ, ਪੰਜਾਬ 'ਚ ਲੁਕ ਜਾਂਦਾ ਹੁੰਦਾ ਸੀ। ਇੱਥੇ ਨਹੀਂ ਲੁਕਦੇ? ਇੱਥੇ ਨਹੀਂ ਡਰਦਾ। ਇੱਥੇ ਜਦੋਂ ਹੁਣ ਰਾਹ 'ਚ ਪੁਲਿਸ ਆਉਂਦੀ ਉਦੋਂ ਵੀ ਡਰ ਨਹੀਂ ਲੱਗਦਾ? ਨਾ ਨਾ, ਹੁਣ ਨਹੀਂ ਡਰ ਲੱਗਦਾ ਇੱਥੇ। ਅੱਛਾ ਜੀ, ਠੀਕ ਹੈ। ਇੱਥੇ ਤਾਂ ਨਹੀਂ ਮਾਮਾ ਕਹਿੰਦੇ ਪੁਲਿਸ ਵਾਲੇ? ਇੱਥੇ ਵੀ ਮਾਮਾ ਹੀ ਕਹਿੰਦੇ ਆ ਪੁਲਿਸ ਵਾਲੇ। ਮਤਲਬ ਉਹੀ ਪਿਆਰ ਰੱਖਿਆ ਇੰਡੀਆ ਵਾਲੇ? ਪਿਆਰ ਹੀ। ਰੰਧਾਵਾ ਸਾਹਿਬ ਅੰਦਰ ਨੇ ਜੀ? ਹਾਂਜੀ, ਰੰਧਾਵਾ ਸਾਹਿਬ ਉੱਧਰ ਅੰਦਰ। ਚਲੋ ਮੈਂ ਕਰਨਾ ਜੀ ਗੱਲਬਾਤ, ਫਿਰ ਥੋੜ੍ਹਾ ਹਿਸਾਬ ਕਿਤਾਬ ਜਿਹਾ ਵੀ ਕਰਨਾ ਫਿਰ। ਠੀਕ ਹੈ ਜੀ, ਲੈ ਲਓ ਉੱਥੋਂ ਪੈਸੇ ਜਿੰਨੇ ਬਣਦੇ ਆ। ਹਾਂਜੀ ਹਾਂਜੀ, ਪੈਸੇ ਹੀ ਲੈਣਾ ਹੈ ਜੀ, ਹੋਰ ਆਪਾਂ ਕਿਹੜਾ ਜੀ ਉੱਥੇ ਹੈ ਨਹੀਂ। ਕਿੱਧਰ ਗਏ? ਅੱਛਾ, ਖਾਲੀ ਪਿਆ ਇੱਥੇ, ਮੈਨੂੰ ਲੱਗਦਾ ਪੁਲਿਸ ਨੂੰ ਦੇਖਦੇ ਨਹੀਂ ਚੱਲ ਕੇ ਸਾਰੇ, ਜਮ੍ਹਾਂ ਹੀ ਖਾਲੀ ਪਿਆ ਚਾਰਜ ਫਿਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਰਧਾਵਾ ਸਾਹਿਬ। ਤੁਸੀਂ ਇੱਧਰੋਂ? ਹਾਂਜੀ ਹਾਂਜੀ, ਠੀਕ ਹੈ। ਅਤੇ ਇਹ ਸਾਰਾ ਆਫਿਸ ਵੀ ਬੜਾ ਸੋਹਣਾ ਬਣਾਇਆ, ਅਤੇ ਸਾਰੇ ਜਿੰਨੇ ਕੰਮ ਕਰ ਉਹਨਾਂ ਦਾ ਆਫਿਸ ਸਾਰਾ ਇਹੀ ਹੈ ਜਾਂ ਸਭ ਦੇ ਆਫਿਸ ਅਲੱਗ ਅਲੱਗ? ਨਹੀਂ, ਇਹੀ ਹੈ ਸਾਰਾ ਆਫਿਸ ਇੱਥੇ, ਇੱਥੋਂ ਓਪਰੇਟ ਕਰਦੇ, ਇੱਥੋਂ ਓਪਰੇਟ ਕਰਦੇ। ਇਹ ਕਾਹਦੀਆਂ ਹੈਗੀਆਂ ਸ਼ੀਟਾਂ ਜੀ? ਇਹ ਭਾਜੀ ਤਾਂ ਆਪਾਂ ਸਾਈਨਾਂ ਦਾ ਵੀ ਕੰਮ ਕਰਦੇ ਹਾਂ, ਟਰੱਕਾਂ ਦੇ ਸਾਈਨ, ਟ੍ਰੇਲਰਾਂ ਦੇ ਸਾਈਨ ਸਾਰੇ ਲਾਈ ਦੇ ਆ। ਛੱਡਿਓ ਨਾ ਕੁਛ, ਬੜੀ ਗੱਲ ਹੈ। ਸਾਈਨ ਕਿਹੜੇ ਜਿਹੜੇ ਟਰੱਕਾਂ ਦੇ ਹੁੰਦੇ ਆ? ਜਿਹੜੇ ਆਪਣੇ USDOT ਨੰਬਰ ਹੋ ਗਿਆ, ਕੰਪਨੀ ਦਾ ਨਾਮ ਵਗੈਰਾ ਲਿਖੀਦਾ, ਵੱਡਾ ਵੱਡਾ ਕਰਕੇ ਲਿਖਿਆ ਹੁੰਦਾ ਨਾ ਰੰਧਾਵਾ, ਜੋਗਾ ਟਰੱਕ ਲਾਈਨ, ਇਹ ਸਾਰੇ ਸਾਈਨ ਆਪਾਂ ਲਾਉਂਦੇ ਹਾਂ ਟ੍ਰੇਲਰਾਂ ਦੇ ਪਿੱਛੇ। ਹਾਂਜੀ ਹਾਂਜੀ, ਤੇ ਉਦੋਂ ਚਿਪਕ ਜਾਂਦੇ ਫਿਰ ਉਹ? ਨਹੀਂ, ਇਹ ਹੁੰਦਾ ਜੀ ਲੈਮੀਨੇਸ਼ਨ ਜੀ ਲਾਈ ਹੁੰਦੀ ਆ, ਬਸ ਲਾ ਕੇ ਤਾਂ ਆਪਾਂ ਉੱਥੇ ਲਾ ਦੇ। ਵੈਰੀ ਗੁੱਡ ਜੀ, ਗੱਲ ਬਣ ਗਈ ਫਿਰ, ਆ ਤਾਂ ਬੜਾ ਵਧੀਆ ਹੋਇਆ ਮਾਹੌਲ। ਪੰਜਾਬ ਤੋਂ ਫਿਰ ਕਿਹੜਾ ਏਰੀਆ ਜੀ ਆਪਣਾ? ਆਪਣਾ ਕਪੂਰਥਲਾ ਜ਼ਿਲ੍ਹਾ ਪੈਂਦਾ ਜੀ ਪੰਜਾਬ। ਵਾਹ ਜੀ ਵਾਹ। ਪਿੰਡ? ਪਿੰਡ ਵਡਾਲਾ ਕਲਾਂ। ਵਡਾਲਾ ਕਲਾਂ, ਵਾਹ, ਮਸ਼ਹੂਰ ਪਿੰਡ ਹੈ। ਇਹ ਤੁਹਾਡੇ ਲੱਗ ਗਿਆ ਜੀ? ਹਾਂਜੀ ਹਾਂਜੀ ਹਾਂਜੀ, ਸਾਰਾ ਪੰਜਾਬ ਬੈਠੋ, ਕੋਈ ਨਹੀਂ ਸੰਗੋ ਨਾ, ਕੋਈ ਨਹੀਂ, ਕੋਈ ਚਾਹ ਪਾਣੀ ਦੌੜ ਹੋਈ ਮੈਨੂੰ ਦੱਸ ਦਿਓ ਤੁਸੀਂ, ਆਪਾਂ ਮੰਗਾ ਲਾਂਗੇ ਜੀ ਅਸੀਂ, ਕੋਈ ਗੱਲ ਨਹੀਂ। ਹਾਂਜੀ ਹਾਂਜੀ, ਇਹ ਬਦਲ ਗਈ ਨਾ ਜੀ, ਪੈਸੇ ਚਾਹੇ ਅਸੀਂ ਕਸਟਮਰ ਕੋਲੋਂ ਲਈਦੇ ਆ, ਪਲਾਈ ਦੀ ਅਸੀਂ। ਤੇ ਕਿੰਨੀ ਦੇਰ ਹੋ ਗਈ ਜੀ ਇੱਧਰ ਫਿਰ ਆਪਾਂ ਨੂੰ ਆਇਆ ਨੂੰ? ਮੈਨੂੰ ਜੀ, ਮੈਂ 2002 ਦਾ ਇੱਥੇ ਕੈਲੀਫੋਰਨੀਆ। ਅੱਛਾ ਜੀ। ਹਾਂਜੀ, ਮੈਂ 95 'ਚ ਆਇਆ ਸੀ ਉਦੋਂ ਇੰਡੀਆ ਤੋਂ। ਹਾਂਜੀ, 95 ਦੇ ਆਏ ਹੋਏ ਉਦੋਂ? ਹਾਂਜੀ। ਆ ਕੇ ਫਿਰ ਕਿੰਨਾ ਸਟਰਗਲ ਕਿੰਨੀ ਕਰਨੀ ਪਈ? ਬਸ ਜੀ, ਸਟਰਗਲ ਹੀ ਸਟਰਗਲ 'ਚ ਕਰੀ ਜਾਂਦੇ ਉਦੋਂ ਦੀ, ਹਜੇ ਵੀ ਅਜੇ ਵੀ ਚੱਲੀ ਜਾਂਦੀ। ਨਹੀਂ ਨਹੀਂ, ਹੁਣ ਪਰਮਾਤਮਾ ਦੀ ਕਿਰਪਾ ਜੀ, ਹੁਣ ਦਾ ਹਰ ਬੰਦਾ ਇੱਥੇ ਅਮਰੀਕਾ 'ਚ ਜਿਹੜਾ ਬੰਦਾ ਆਉਂਦਾ ਆ ਜੀ, ਮਿਹਨਤ ਕਰਦਾ ਆ, ਉਹ ਇੱਕ ਨਾ ਇੱਕ ਦਿਨ ਸੈੱਟ ਹੋ ਹੀ ਜਾਂਦਾ ਜੀ। ਥੋੜ੍ਹਾ ਟਾਈਮ ਲੱਗ ਜਾਂਦਾ, ਕੋਈ 5 ਸਾਲਾਂ 'ਚ ਹੋ ਜਾਂਦਾ, ਕੋਈ 10ਾਂ 'ਚ, ਬਟ ਹਰ ਇੱਕ ਬੰਦਾ ਹੀ ਹੋ ਜਾਂਦਾ ਤਕਰੀਬਨ ਹਰ ਬੰਦਾ। ਦਾ ਮੁੱਲ ਹੈਗਾ ਬਿਲਕੁਲ। ਅੱਛਾ, ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਕਿ ਪੰਜਾਬ ਦੇ ਵਿੱਚ ਇਹ ਚੀਜ਼ ਕਿਉਂ ਨਹੀਂ ਹੈਗੀ, ਪੰਜਾਬ 'ਚ ਕਿਉਂ ਨਹੀਂ ਮਿਹਨਤ ਦਾ ਮੁੱਲ? ਅਸੀਂ ਨਹੀਂ ਉੱਥੇ ਮਿਹਨਤ ਕਰਕੇ ਰਾਜੀ, ਕਿ ਵਾਕਈ ਮਿਹਨਤ ਦਾ ਮੁੱਲ ਹੈ ਨਹੀਂ ਉੱਥੇ? ਨਹੀਂ ਜੀ, ਮਿਹਨਤ ਤਾਂ ਆਪਾਂ ਉੱਥੋਂ ਹੀ ਆਏ ਹਾਂ, ਸਾਰੇ ਉਹੀ ਬੰਦੇ ਆ ਆਪਾਂ, ਕੋਈ ਵੀ ਆਪਣੇ 'ਚ ਫਰਕ ਨਹੀਂ। ਮਿਹਨਤ ਤਾਂ ਆਪਾਂ ਸਾਰੇ ਹੀ ਕਰਕੇ ਰਾਜੀ ਹਾਂ, ਪਰ ਉੱਥੇ ਹੁਣ ਤੁਹਾਨੂੰ
ਸਿਸਟਮ ਉੱਥੇ ਦਾ ਕਹਿ ਦਿੰਦੇ ਆਪਾਂ ਵੀ ਸਿਸਟਮ ਹੀ ਉੱਥੇ ਇੱਦਾਂ ਦਾ ਆ ਸਿਸਟਮ ਮਾੜਾ ਜੀ ਉੱਥੇ ਇੱਥੇ ਜਿੰਨਾ ਜ਼ਿਆਦਾ ਤੁਸੀਂ ਹਾਰਡ ਵਰਕ ਕਰਦੇ ਹੋ ਉੱਥੇ ਜੇ ਆਪਾਂ ਟਰੱਕ ਵਾਲੇ ਬੰਦੇ ਦੀ ਜੌਬ ਦੇਖੀਏ ਕਿੰਨਾ ਔਖਾ ਆ ਸਭ ਤੋਂ ਮਾੜਾ ਹਾਰਡ ਟਰੱਕ ਡਰਾਈਵਰ ਦਾ ਵਿਆਹ ਨਹੀਂ ਹੁੰਦੇ ਵਿਚਾਰਿਆਂ ਦੇ ਟਰੱਕ ਚਲਾਉਂਦਾ ਨਾ ਜੀ ਅਸੀਂ ਕੁੜੀ ਦੇਣੀ ਉੱਥੇ ਖੂਹ ਸਿੱਟਣੀ ਹੈ ਤੂੰ ਖੂਹ ਸਿੱਟਦਾਂਗੇ ਹਾਂਜੀ ਇੱਥੇ ਟਰੱਕਾਂ ਵਾਲਿਆਂ ਨੂੰ ਕਹਿੰਦੇ ਵਾਹ ਵਾਹ ਕਮਾਈ ਕਰਦਾ ਪੂਰੀ ਬਸ ਉਹ ਹੀ ਆ ਜੀ ਮਿਹਨਤ ਤਾਂ ਮੁੱਲ ਆ ਫਿਰ ਉਹੀ ਗੱਲ ਆ ਗਈ ਨਾ ਵੀ ਜੇ ਉੱਥੇ ਟਰੱਕ ਵਾਲਾ ਕਰਦਾ ਉਹ ਵੀ ਮਿਹਨਤ ਇੱਥੇ ਨਾਲੋਂ ਸ਼ਾਇਦ ਜ਼ਿਆਦਾ ਕਰਦਾ ਹੋਊਗਾ ਪਰ ਇੱਥੇ ਮਿਹਨਤ ਦਾ ਮੁੱਲ ਜਿੱਦਾਂ ਮਿਲਦਾ ਆ ਬਿਲਕੁਲ ਗੱਲ ਪੱਕੀ ਹੈ ਤੁਹਾਡੀ ਤੇ ਹੁਣ ਟਰੱਕ ਵੀ ਹੈਗੇ ਆਪਣੇ ਟਰੱਕਾਂ ਦਾ ਹਾਂਜੀ ਹਾਂਜੀ ਆਪਾਂ ਟਰੱਕਾਂ ਦਾ ਵੀ ਕੰਮ ਆਪਣੇ ਡਿਸਪੈਚ ਵੀ ਕਰਦੇ ਹਾਂ ਤੇ ਆਪਣੇ ਟਰੱਕ ਵੀ ਹੈਗੇ ਆ ਲਓ ਜੀ ਆ ਇੱਕ ਹੋਰ ਹੋ ਗਈ ਇੱਕ ਗੱਲ ਹੋਰ ਜੁੜ ਗਈ ਹਾਂਜੀ ਹਾਂਜੀ ਤੇ ਹੋਰ ਗਾਂ ਫਿਰ ਆਉਣ ਵਾਲੇ ਸਮੇਂ 'ਚ ਹੋਰ ਕੋਈ ਕੰਮ ਕੁੰਮ ਵਧਾਉਣਾ ਜਾਂ ਇਹਨੂੰ ਸੈੱਟ ਰੱਖਿਆ ਹੁਣ ਜਿਵੇਂ ਹੈਗਾ ਹੁਣ ਤਾਂ ਜੀ ਉਹ ਕਹਿੰਦੇ ਹੁੰਦੇ ਜਿੰਨੀ ਕੁ ਜਵਾਨੀ ਵਾਲਾ ਕੰਮ ਸੀ ਸਾਰਾ ਜ਼ੋਰ ਜ਼ੋਰ ਲਾ ਲਿਆ ਸਾਰਾ ਹੁਣ ਤਾਂ ਢਲਾਣ ਜੀ ਆ ਗਈ ਹੁਣ ਮੈਂ ਕਹਿੰਦਾ ਸਲੋ ਡਾਊਨ ਜਵਾਨੀ ਹੈ ਜੀ ਅਜੇ ਆ ਤੁਸੀਂ ਮੇਰੇ ਖਿਆਲ $5-6 ਦਾ ਆਉਂਦਾ ਉਹ ਮਤਲਬ ਉਹ ਜਵਾਨ ਹੋਣਾ ਉਹਨੇ ਅੱਛਾ ਠੀਕ ਆ ਹਾਂਜੀ ਹੱਲ ਕੀਤਾ ਨਹੀਂ ਸ਼ੁਰੂ ਕਰ ਲਾਂਗੇ ਉਹ ਵੀ ਹਾਂ ਨਹੀਂ ਫਿਰ ਜਵਾਨ ਤਾਂ ਕਿਹੜੀ ਗੱਲ ਹੈ ਜੀ ਦੇਖੋ ਮੈਨੂੰ ਪੁੱਛਿਆ ਕਈਆਂ ਨੇ ਹਾਂ ਮੈਨੂੰ ਪੁੱਛਿਆ ਕਹਿੰਦੇ ਵੀ ਤੁਹਾਨੂੰ 15 ਸਾਲ ਹੋ ਗਏ ਦੇਖਦੇ ਨੂੰ ਹਾਂ ਵੀ ਇਹ ਤੁਹਾਡੀ ਜਵਾਨੀ ਦਾ ਕੀ ਰਾਜ ਆ ਹਾਂ ਮੈਂ ਕਿਹਾ ਜੀ ਅਸਲ 'ਚ ਮੈਂ ਜਿਹੜਾ ਰੰਗ 15 ਸਾਲ ਪਹਿਲਾਂ ਲਾਉਂਦਾ ਸੀ ਉਹੀ ਹੁਣ ਲਾਉਂਦਾ ਇਹ ਜਵਾਨੀ ਦਾ ਰਾਜ ਮੇਰਾ ਹਾਂਜੀ ਹਾਂਜੀ ਇੱਦਾਂ ਰਾਜ ਜਵਾਨੀ ਤੇ ਜਵਾਨੀ ਕੋਈ ਚੱਕਰ ਨਹੀਂ ਅੱਛਾ ਪੰਜਾਬ ਫਿਰ ਜਾਂਦੇ ਰਹਿੰਦੇ ਪੰਜਾਬ ਹਾਂਜੀ ਜਾਂਦੇ ਰਹੀਦਾ ਅੱਛਾ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਜੀ ਆਪਾਂ ਤਾਂ ਮੈਂ ਸਮਝਦਾ ਵੀ ਜਿਹੜਾ ਜਿੰਨਾ ਵਿਕਾਸ ਬਾਹਰਲੇ ਲੋਕਾਂ ਨੇ ਕੀਤਾ ਆਪਣੇ ਪਿੰਡਾਂ ਦਾ ਹਾਂਜੀ ਸਰਕਾਰ ਨੇ ਤਾਂ ਨਹੀਂ ਕੀਤਾ ਜੀ ਉੱਥੇ ਸਰਕਾਰਾਂ ਜਿੰਨੀਆਂ ਵੀ ਆਈਆਂ ਸਰਕਾਰਾਂ ਦਾ ਵੀ ਹੁਣ ਆਪਣੇ ਖਰਚੇ ਆ ਜੀ ਸਰਕਾਰਾਂ ਨੇ ਵੀ ਖਾਣਾ ਪੀਣਾ ਵੀ ਹੁੰਦਾ ਸਾਰਾ ਕੁਛ ਸਰਕਾਰਾਂ ਦਾ ਆਪਣਾ ਕੰਮ ਆ ਜੀ ਸਿਸਟਮ ਉੱਥੇ ਹੋ ਸਕਦਾ ਸੂਤ ਕਰੇ ਇੰਡੀਆ ਦੇ ਵਿੱਚ ਚਾਹੇ ਉਹ ਪੁਲਿਸ ਹੈ ਚਾਹੇ ਹੈਲਥ ਮਹਿਕਮੇ ਹੈ ਚਾਹੇ ਟ੍ਰੈਫਿਕ ਹੈ ਚਾਹੇ ਲੀਡਰ ਨੇ ਜਿਹੜੇ ਵਧੀਆ ਬੰਦੇ ਆ ਇਮਾਨਦਾਰ ਬੰਦੇ ਆ ਜਾਂ ਜਿਹੜੇ ਆਪਾਂ ਕਹਿੰਦੇ ਸ਼ਰੀਫ਼ ਬੰਦੇ ਆ ਉਹ ਪਹਿਲਾਂ ਹੀ ਹੱਥ ਜੋੜ ਜਾਂਦੇ ਆ ਜੀ ਕਿਸੇ ਵੀ ਇਹੋ ਜਿਹਾ ਕੰਮ 'ਚ ਆਉਣ ਨਾਲ ਉਹ ਕਹਿੰਦੇ ਸਾਡੇ ਕੋਲ ਲੋਕਾਂ ਦੀਆਂ ਗਾਲਾਂ ਨਹੀਂ ਖਾਣੀਆਂ ਬਿਲਕੁਲ ਸਹੀ ਗੱਲ ਜਿਹੜਾ ਉੱਥੇ ਬੰਦਾ ਥੋੜ੍ਹਾ ਜਿਹਾ ਖਤਰਨਾਕ ਬੰਦਾ ਆ ਉਹ ਹੀ ਹਰ ਇੱਕ ਪਾਸੇ ਮੋਹਰੇ ਆ ਰਿਹਾ ਆ ਤਾਂ ਫਿਰ ਉਹਨੇ ਤਾਂ ਫਿਰ ਉਹਨਾਂ ਕੀ ਕੰਮ ਕਰਨਾ ਅੱਛਾ ਆਪਣੇ ਸਾਬਕਾ ਡਿਪਟੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਆਪਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਹਾਂਜੀ ਉਹ ਤਾਂ ਚਲੋ ਕਦੋਂ ਬਣਦਾ ਨਹੀਂ ਬਦਲਦਾ ਜੇ ਉਹਨਾਂ ਨੂੰ ਇੱਧਰ ਬੁਲਾ ਲਈਏ ਆਪਾਂ ਕੈਲੀਫੋਰਨੀਆ 'ਚ ਉਹਨਾਂ ਨੂੰ ਜਾਂ ਉਹੋ ਜਿਹੇ ਲੀਡਰਾਂ ਨੂੰ ਹਾਂਜੀ ਤਾਂ ਕੈਲੀਫੋਰਨੀਆ ਨੂੰ ਪੰਜਾਬ ਬਣਾਉਣਗੇ ਮੇਰੇ ਖਿਆਲ 2 ਮਹੀਨੇ ਟਰਾਈ ਪੂਰੀ ਕਰਨਗੇ ਜੀ ਪਰ ਇੱਥੇ ਦਾ ਨਹੀਂ ਤਾਂ ਇੱਥੇ ਦਾ ਜਿਹੜਾ ਕੰਸਟੀਟਿਊਸ਼ਨ ਆ ਇੱਥੇ ਦਾ ਸਿਸਟਮ ਆ ਉਹ ਬੜਾ ਤਕੜਾ ਆ ਜੀ ਇਹਨਾਂ ਦੇ ਬੰਦਿਆਂ ਨੂੰ ਇੱਥੇ ਪੈਣੀ ਨਹੀਂ ਉਹ ਨਹੀਂ ਜਾਣਾ ਉਹਨਾਂ ਨਹੀਂ ਤਾਂ ਅਦਰਵਾਈਜ਼ ਤਾਂ ਉਹਨਾਂ ਨੇ 2 ਮਹੀਨੇ 'ਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਣੇ ਆ 2 ਮਹੀਨੇ 'ਚ ਰੇਤਾ ਮਹਿੰਗੀ ਹਾਂਜੀ ਹਾਂਜੀ ਬੜਾ ਪੀਜ਼ਾ ਸਸਤਾ ਹਾਂ 2 ਮਹੀਨੇ 'ਚ ਇੱਥੇ ਕਬਜ਼ੇ ਚਲੋ ਜੀ ਕੋਠੀਆਂ ਦੇ ਕਬਜ਼ੇ ਹਾਂਜੀ ਹਾਂਜੀ ਹਾਂ ਚਲੋ ਬਚਾ ਹੀ ਰਵੇ ਚੰਗੀ ਗੱਲ ਆ ਹਾਂਜੀ 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 ਤੇ ਚਲੋ ਮੈਂ ਹੁਣ ਫਿਰ ਜਾਣਾ ਸੀ ਥੋੜੇ ਜਿਹਾ ਕੰਮ ਹੋਰ ਪਾਸੇ ਹਾਂਜੀ ਹਾਂਜੀ ਤੇ ਚਾਹ ਪਾਣੀ ਬਸ ਠੀਕ ਆ ਭਾਜੀ ਥੈਂਕ ਯੂ ਬੜੀ ਮਿਹਰਬਾਨੀ ਚਾਹ ਪਾਣੀ ਨਹੀਂ ਮੈਂ ਆਪਣਾ ਅੱਛਾ ਅੱਛਾ ਆਪਣਾ ਮੰਗਦਾ ਤੁਸੀਂ ਹਾਂਜੀ ਹਾਂਜੀ ਤੁਸੀਂ ਗੱਲ ਸਮਝ ਗਏ ਤੇ ਨਹੀਂ ਕੋਈ ਨਹੀਂ ਸਾਡੇ ਲਈ ਕੋਈ ਸੇਵਾ ਹੋਵੇ ਇੰਡੀਆ ਦੇ ਵਿੱਚ ਵੀ ਕੋਈ ਨਹੀਂ ਭਾਜੀ ਹੁਣ ਕਬਜ਼ਾ ਕੁਬਜ਼ਾ ਕਰਨਾ ਹੋਵੇ ਛਡਾਉਣਾ ਹੋਵੇ ਕੋਈ ਮਤਲਬ ਸਾਰਾ ਕੰਮ ਲੀਡਰਾਂ ਨਾਲ ਮਿਲ ਕੇ ਕਰੀਦਾ ਜੀ ਆਪਾਂ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਆ ਜੀ ਕਰਨਾ ਚਾਹੀਦਾ ਠੀਕ ਹੈ ਜੀ ਹਾਂਜੀ ਤੇ ਚਲੋ ਮੈਂ ਫਿਰ ਹੁਣ ਚੱਲਦਾ ਤੇ ਤੁਸੀਂ ਫਿਰ ਥੋੜਾ ਜਿਹਾ ਇੱਕ ਮੈਂ ਟਰੱਕ ਟਰੁੱਕ ਵੀ ਮੈਨੂੰ ਦੇ ਦਿਓ ਛੋਟਾ ਮੋਟਾ ਮੈਂ ਚਲਾ ਲਿਆ ਕਰੂੰਗਾ ਜੀ ਟਰੱਕ ਲੈ ਜਾਓ ਜਿੰਨੇ ਮਰਜ਼ੀ ਮਹਾਰਾਜ ਟਰੱਕ ਤੁਹਾਡੇ ਆ ਤੇ ਨਾਲੇ ਇੰਨਾ ਡੰਡਾ ਲਈ ਫਿਰਦੇ ਵੱਡਾ ਤੇ ਟਰੱਕ ਤੁਹਾਨੂੰ ਦੇਣਾ ਹਾਂਜੀ ਹਾਂਜੀ ਨਹੀਂ ਮੈਂ ਸੋਚਦਾ ਹਾਂ ਮੈਂ ਟਰੱਕ ਦੇਖੇ ਬਹੁਤ ਮੈਂ ਚਲਾਇਆ ਨਹੀਂ ਹਜੇ ਤੁਸੀਂ ਰਿਕੁਐਸਟ ਵੀ ਕਰਦੇ ਪਰ ਡੰਡੇ ਨੂੰ ਹੱਥ ਲਾ ਕੇ ਰਿਕੁਐਸਟ ਕਰਦੇ ਆ ਫਿਰ ਬੰਦਾ ਜਵਾਬ ਵੀ ਮੋਹਰਿਓ ਕਿੱਦਾਂ ਦਊਗਾ ਹਾਂਜੀ ਇਹ ਤਾਂ ਹੈ ਬਿਲਕੁਲ ਇਹ ਤਾਂ ਹੈ ਪਰ ਚਲੋ ਜੀ ਮੈਂ ਨਾ ਪਹਿਲੀ ਬਾਈ ਗੁਰ ਮੈਂ ਪੂਰਾ ਅਮਰੀਕਾ ਘੁੰਮਿਆ ਜੀ 35-36 ਸਟੇਟ 'ਚ ਗਿਆ ਮੈਂ ਹਾਂਜੀ ਤੇ ਮੈਂ ਕੈਨੇਡਾ ਇੰਗਲੈਂਡ ਸਾਰੇ ਜਗ੍ਹਾ ਗਿਆ ਪਰ ਇੱਥੇ ਜਿੰਨੀ ਰੌਣਕ ਦੇਖੀ ਮੈਂ ਆ ਕੇ ਤੁਹਾਡੇ ਇਸ ਯਾਰਡ ਦੇ ਵਿੱਚ ਹਾਂਜੀ ਹਾਂਜੀ ਮੈਂ ਕਹਿੰਦਾ ਨਜ਼ਾਰਾ ਆ ਗਿਆ ਜੀ ਟਰੱਕ ਖੜੇ 4 ਚੁਫੇਰੇ ਔਰ ਇੰਨੀ ਕੁ ਲੋਕੀ ਹੈਗੇ ਨੇ ਇੱਥੇ ਪੰਜਾਬੀ ਇੰਨੇ ਜ਼ਿਆਦਾ ਪੂਰਾ ਪਿੰਡ ਵਸਿਆ ਹੋਇਆ ਜੀ ਬਹੁਤ ਮਜ਼ਾ ਆਇਆ ਦੇਖ ਕੇ ਜੀ ਥੈਂਕ ਯੂ ਚਲੋ ਜੀ ਪਰਮਾਤਮਾ ਦੀ ਕਿਰਪਾ ਜੀ ਇਸੇ ਤਰ੍ਹਾਂ ਹੀ ਰਵੇ ਜੀ ਅਤੇ ਮੈਂ ਫਿਰ ਹੁਣ ਹੱਥ ਤੋਂ ਤੁਸੀਂ ਮਿਲਾ ਲਓ ਹਾਂ ਮੇਰੇ ਕੰਮ ਦੀ ਚੀਜ਼ ਕੋਈ ਹਾਏ ਨਹੀਂ ਲੱਗਦੀ ਲਿਆਉਣਾ ਸੀ ਉਹ ਚੱਕ ਕੇ ਨਹੀਂ ਚੱਕ ਕੇ ਨਹੀਂ ਤੁਸੀਂ ਗਿਫਟ ਹੀ ਦੇਣਾ ਸੀਗਾ ਮਤਲਬ ਗਿਫਟ ਉਹ ਵੱਖਰੀ ਗੱਲ ਗਿਫਟ ਬਣਾਉਣਾ ਸਾਨੂੰ ਆਪ ਪੈਂਦਾ ਤੇ ਦੇਣਾ ਗਿਫਟ ਹੀ ਸੀਗਾ ਹਾਂਜੀ ਹਾਂਜੀ ਮੈਂ ਉਹ ਤੁਹਾਨੂੰ ਦੱਸਿਆ ਨਾ ਵੀ ਤੁਸੀਂ ਜੋ ਡੰਡੇ ਨੂੰ ਹੱਥ ਲਾ ਕੇ ਗਿਫਟ ਮੰਗਦੇ ਆ ਨਾ ਬੰਦਾ ਬਹੁਤ ਵਧੀਆ ਕਰ ਦਿੰਦਾ ਨਹੀਂ ਇੱਥੇ ਹੁਣ ਮੁੰਡੇ ਨੇ ਧੱਕੇ ਨਾਲ ਫੋਨ ਦੇਤਾ ਤੁਹਾਡੇ ਇੱਥੇ ਮੈਂ ਹੁਣ ਕੀ ਕਰ ਸਕਦੇ ਲੈਣਾ ਪੈਂਦਾ ਜੀ ਹਾਂਜੀ ਚਲੋ ਥੈਂਕ ਯੂ ਜੀ ਤੁਹਾਡਾ ਪੌੜਨ ਦਾ ਵਾਸਾ ਓਕੇ ਜੀ ਚੰਗਾ ਜੀ ਚੰਗਾ ਮਿਹਰਬਾਨੀ ਜੀ ਮਿਹਰਬਾਨੀ ਤਾਂ ਠੀਕ ਹੈ ਅਤੇ ਹੁਣ ਫਿਰ ਕੁਛ ਗੜਬੜ ਵੀ ਤਾਂ ਕਰਨੀ ਪੈਣੀ ਦੇਖ ਤਾਂ ਨਹੀਂ ਦੇਖਦੇ ਇਹਦਾ ਤਾਂ ਕੀ ਫਾਇਦਾ ਹੈ